ਦੀ ਕਥਾ ਮਹਾਂਪੁਰਖ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਵੇ ਵਾਲੇ ਉਹਨਾਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਤੁਰੂ ਫਰਿਆਦ ਬੰਦਾ ਨੂੰ ਕਹਾਇਓ ਤਾਂ ਅੰਗਦ ਭਇਓ ਤਤਨ ਸਤੂ ਲਾਇਓ ਅੰਗਦ ਕਿਰਪਾ ਧਾਨ ਸਤ ਲੋ ਸਰਪੀਓ ਅਮਰਦਾਸ ਅਮਰ ਸਤ ਸਤ ਗੁਰੂ ਨਾਮਾ ਜੀਓ ਗੁਰੂ ਰਾਮਦਾਸ ਦਰਸ਼ਨ ਪਰ ਚੁਕੇ ਮਥੁਰਾ ਹੈ ਮਥੁਰਾ ਮੋਰ ਸੰਪੰਨ ਪਰਮਾਨ ਪੁਰਖ ਗੁਰੇ ਅਰਜਨ ਪਖੋ ਨਾਨ ਚਰਨ ਗਗਨਾ ਖੰਡ ਮੈਂ ਜੋਤ ਰੂਪੀ ਰਿਹਾ ਭਰ ਪਨ ਮਥੁਰਾ ਕਠ ਵੇਦ ਨਹੀਂ ਪੂਰੇ ਅਰਜਨ ਪ੍ਰਤੱਖ ਹਰ ਜਿੰਨਾ ਚ ਸੰਗੜਿਆ ਗੁਰਮਤ ਵੰਜੈ ਮਿੱਤਰੇ ਸਾਡੇ ਤੇ ਹੋ ਟੋਟਨ ਦੀ ਜਗ ਸਵਾਇਆ ਜਨ ਨਾਨਕ ਮਿਲੇ ਤੇ ਧਨ ਸੋ ਕਾਗਜ ਕਰਮ ਧਨ ਧਨ ਭੰਡ ਧਨ ਮਤ ਧਨ ਲਿਖਾਰੀ ਨਾਨਕ ਜਿਨ ਨਾਮ ਲਿਖਾਇਆ ਸੱਚ ਹੋਵੇ ਸਤ ਸਮਦੀ ਦੁਰਯਸ਼ੋ ਪੁਰ ਸੋ ਛੱਡੀਏ ਤੁਰ ਵਿਖੇ ਸੱਚੇ ਪਾਤਸ਼ਾਹ ਮਨ ਜਨ ਲਿਖਣ ਰੂਪੀ ਪੁੱਤ ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉ ਅੰਕਸ਼ ਹੈ ਅਹਿਰਣ ਜਿਉ ਸਿਰ ਦੀ ਮਨ ਤਨ ਆ ਕੈ ਰਾਖ ਕੈ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰ ਆਪਣਾ ਦਰਗਹਿ ਪਾਵੈ ਮਾਣ ਪੌੜੀ ਗੁਰਮੁਖ ਸਖੀਆਂ ਸਿੱਖਾ ਗੁਰੂ ਮਿਲਾਈਆਂ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆਂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨ੍ਹਾਂ ਭਾਉ ਗੁਰੂ ਦੇਵਾਈਆਂ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉ ਅੰਕਸ਼ ਹੈ ਅਹਿਰਣ ਜਿਉ ਸਿਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਨੇ ਗੁਰੂ ਨਾਨਕ ਰੂਪ ਧਾਰ ਕੇ ਆਪਣੀ ਵਾਣੀ ਸਜਾਈ ਹੈ ਉਸ ਗੁਰਬਾਣੀ ਦੇ ਅੰਦਰ ਕਿਉਂ ਬਣੀ ਦਾ ਫੁਲਵਾੜੀ ਦੇ ਅੰਦਰ ਗੁਰਮੇਲ ਸੰਬੰਧੀ ਰਹਿਣ ਵਾਸਤੇ ਬਣੀ ਦਾ ਜਿੱਥੇ ਫੁਲਵਾੜੀ ਫੁੱਲ ਹਨ ਉੱਥੇ ਫਲਦਾਇਕ ਬੂਟੇ ਵੀ ਹਨ
ਇੱਥੇ ਸਤਿਸੰਗ ਜੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਹੈ ਇਹਦੇ ਕੀ ਸਤਿਸੰਗ ਜੀ ਵਸਤੂਆਂ ਹਨ ਧਰਮ ਫੁੱਲ ਫਲ ਗਿਆਨ ਜਿਤਨੇ ਗੁਰਮੁਖ ਨੇ ਇਹ ਧਰਮੀ ਬੈਠੇ ਹੈ ਕਹਿੰਦੇ ਬਈ ਅੱਜ ਤੇਰੇ ਦਰਸ਼ਨ ਹੋਏ ਫੁੱਲ ਵਾਂਗੂ ਖਿੜਿਆ ਹੋਇਆ ਹੈ ਫੁੱਲ ਦੀ ਉਪਮਾ ਦਿੱਤੀ ਜਾਂਦੀ ਹੈ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਪਰ ਆਪਣੇ ਵਾਸਤੇ ਜਿਹੜਾ ਫੁੱਲ ਵਾਂਗੂ ਖਿੜਿਆ ਹੋਇਆ ਹੈ ਉਹਦੀਆਂ ਵੀ ਪੰਖੜੀਆਂ ਹਨ ਕਰਣਾ ਮੁਦਤਾ ਮੈਤਰੀ ਉਪੇਕਸ਼ਾ ਇਹ ਚਾਰ ਪੰਖੜੀਆਂ ਦੇ ਸਹਿਤ ਜਿਹੜਾ ਫੁੱਲ ਵਾਂਗੂ ਖਿੜਦਾ ਹੈ ਇਹ ਕੀ ਵਸਤੂ ਹਨ ਪੰਖੜੀਆਂ ਕਰਨਾ ਸਭ ਤੇ ਕਿਰਪਾ ਕਰਨੀ ਕਿਸੇ ਔਗਣ ਨੂੰ ਚਿਤਾਰਨੇ ਜੇ ਕੋਈ ਔਗਣਾਂ ਦਾ ਭਰਿਆ ਹੋਇਆ ਉਹਦੇ ਤੇ ਤਰਸ ਕਰਨਾ ਉਹ ਤੋਂ ਨਫ਼ਰਤ ਨਹੀਂ ਕਰਨੀ ਮੁਲਤਾ ਕਿਸੇ ਦੇ ਗੁਣਾਂ ਨੂੰ ਦੇਖ ਕੇ ਸੜਨਾ ਨਹੀਂ ਬਹੁਤ ਪ੍ਰਸੰਨ ਹੋਣਾ ਮੈਤਰੀ ਭਾਵ ਹਰ ਇੱਕ ਦੇ ਨਾਲ ਸਭ ਸਦੀ ਪਿਆਰ ਰੱਖਣਾ ਕਿਉਂ ਸਭ ਨੇ ਘਟੀ ਸਭ ਵਸਿਆ ਸਭ ਨੇ ਘਟਣਾ ਕੋਈ ਸਾਰਿਆਂ ਦੇ ਹਿਰਦੇ ਚ ਪਰਮੇਸ਼ਰ ਵਸਦਾ ਇਹਦੇ ਨਾਲ ਦੁਆਸ ਕਰਾਂਗੇ ਅਪੇਕਸ਼ਾ ਕਿਸੇ ਦੇ ਸਤਸੰਗੀ ਉਗਣਾਂ ਨੂੰ ਦੇਖ ਕੇ ਬਿਲਕੁਲ ਅਨਡਿੱਠ ਕਰ ਦੇਣਾ ਐਸੀਆਂ ਪੰਖੜੀਆਂ ਦੇ ਸਹਿਤ ਆ ਜਿਹੜੀ ਸੰਗਤ ਹੈ ਇਹ ਫੁਲਵਾੜੀ ਦੀ ਵਿਆਈਆਂ ਇੱਥੇ ਹੋਈ ਹੈ ਇਹ ਗੁਰੂ ਨਾਨਕ ਦੇਵ ਜੀ ਜਿਵੇਂ ਸੂਰਜ ਨੂੰ ਦੇਖ ਕੇ ਫੁੱਲ ਖਿੜਦਾ ਹੈ ਕਮਲ ਇਸੇ ਤਰ੍ਹਾਂ ਖਾਲਸਾ ਜੀ ਆ ਜਿਹੜੀ ਸੰਗਤ ਹੈ ਇਹ ਸਾਨੂੰ ਇਹ ਦਰਸ਼ਨ ਸੂਰਜ ਨਾਲ ਵੀ ਅਲਗ ਹਨ ਖਾਲਸਾ ਜੀ ਨਵਾਂ ਸੂਰਜ ਸੂਰਜੇ ਨਵਾਂ ਚੰਦਰ ਚੰਦਰੇ ਨਮਸਕਾਰਾ ਕਾਰਕੋ ਸੰਤਰ ਜਾਮੀ ਨੂੰ ਜੋ ਚੰਦਰਮਾ ਅਨੇਕਾਂ ਦਾ ਪ੍ਰਕਾਸ਼ ਹੈ ਅਨੇਕਾਂ ਸੂਰਜਾਂ ਦਾ ਪ੍ਰਕਾਸ਼ ਹੈ ਉਹ ਪ੍ਰਕਾਸ਼ ਕੋ ਤੱਕਦੇ ਆਪਾਂ ਚੰਦਰਮਾ ਸੂਰਜ ਆਦਿ ਦੇਖਣ ਪੁੱਛੋ ਸੰਸਾਰੀ ਲੋਕਾਂ ਨੂੰ ਇਸਤਰੀਆਂ ਵਾਸਤੇ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਦੁੱਖ ਰੂਪ ਹਨ ਸਾਰਿਆਂ ਵਾਸਤੇ ਨਹੀਂ ਇਸੇ ਤਰ੍ਹਾਂ ਚਕੋਰ ਵਾਸਤੇ ਚੰਦਰਮਾ ਆਨੰਦ ਦੇਖਦਾ ਹੈ ਨਾਲ ਹੀ ਕਵਲਾਂ ਵਾਸਤੇ ਵੀ ਸਤਸੰਗ ਜੀ ਦੁੱਖ ਰੂਪ ਹੈ ਭਰਜਾ ਜਾਂਦੇ ਉਦੋਂ ਕੁੰਮੀਆਂ ਖਿੜਦੀਆਂ ਹਨ ਸੂਰਜ ਨੂੰ ਦੇਖ ਕੇ ਕਵਲ ਖਿੜਦਾ ਕੁੰਮੀਆਂ ਕੁਮਲਾ ਜਾਂਦੀਆਂ ਹਨ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਕਰਕੇ ਗੁਰਮੁਖਾਂ ਦੇ ਹਿਰਦੇ ਖਿੜ ਜਾਂਦੇ ਹੈ ਮਨਮਤੀਏ ਕਮੋਦੀਆਂ ਵਾਂਗੂ ਸਤਸੰਗ ਜੀ ਕੁਮਲਾ ਜਾਂਦੇ ਹਨ ਐਸੀ ਇਹ ਬਿਮਾਰੀ ਹੈ ਗੁਰੂ ਸਿੱਖੋ ਕਿਉਂ ਆਏ ਹਾਂ ਕਿ ਸਾਨੂੰ ਵੀ ਸੁਗੰਧੀ ਆ ਜਾਵੇ ਅੰਮ੍ਰਿਤਮਈ ਬਾਣੀ ਦਾ ਪ੍ਰਵਾਹ ਕੀਰਤਨ ਦਾ ਚੱਲ ਰਿਹਾ ਸੀ ਤਾਨੋ ਗੁਰਮੁਖ ਜਿਹੜੇ ਐਸੀ ਬਾਣੀ ਨੂੰ ਰਸਨਾ ਦੇ ਨਾਲ ਉਚਾਰ ਰਹੇ ਹਨ ਹਰ ਗੁਣ ਗਾਵਤ ਰਸਨਾ ਮੋਲੀ ਉਹ ਮੂਰਖ ਰਸਨਾ ਹੈ ਜੋ ਹਰੀ ਦਾ ਚਿੰਤਨ ਕਰਦੀ ਹੈ ਜੇ ਜੇ ਵਾਹ ਕਰੋ ਸਤਖੰਡ ਜਾਮ ਨਾਮ ਸ੍ਰੀ ਗੁਰੂ ਇਸ ਭਗਤ ਜੀ ਕਹਿੰਦੇ ਦੱਸਣਾ ਤੇਰੇ ਮੱਥਾ ਟੁਕੜੇ ਕਰਕੇ ਸੁਣਦੇ ਤੂੰ ਕਦੇ ਪਰਮੇਸ਼ਰ ਦਾ ਨਾਮ ਨਹੀਂ ਚਿੰਤਨ ਕਰਦੇ ਸੋ ਖਾਲਸਾ ਜੀ ਆਪਾਂ ਸਰੋਤੇ ਮਰ ਕੇ ਸੁਣ ਰਹੇ ਸੀ ਤੁਹਾਨੂੰ ਗੁਰੂ ਸਰੋਤੇ ਨੇ ਜਿਹਨਾਂ ਨੇ ਇਹ ਜੇ ਸ਼ਬਦਾਂ ਦਾ ਆਨੰਦ ਮਾਣਿਆ ਹੈ ਆਏ ਕਿਵੇਂ ਹਾਂ ਬੈਠੇ ਹਾਂ ਕੋਈ ਇੱਛਾ ਤੋਂ ਬਿਨਾਂ ਹੈ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਦੇ ਦਾਸ ਹਰੀ ਦੇ ਦਾਸ ਕਰੋ ਸੁਖੀ ਦੇ ਬਈ ਆ ਸਾਰਿਆਂ ਨੂੰ ਆਪਾਂ ਭੈਣ ਭਾਈਆਂ ਨੇ ਇੱਕ ਦੂਜੇ ਨੂੰ ਪਰਸਵਾ ਪੁੱਛੀਏ ਕਿਉਂਕਿ ਸੁਖੀ ਆ ਕਹਿੰਦਾ ਪੁੱਛਣਾ ਕਹਿੰਦੇ ਤੂੰ ਕਾਹਨੂੰ ਐਵੇਂ ਬਹੁਤਾ ਰੋਣਾ ਮੈਂ ਤੇਰੇ ਨਾਲੋਂ ਵੀ ਦੁਖੀ ਦੁੱਖ ਜਿਸੇ ਪਏ ਆਖੀਏ ਸੁਖ ਜਿਸੇ ਜੀ ਪਾ ਦੁੱਖ ਉਹਦੇ ਕੋਲੇ ਰੋਈਏ ਜਿਹਦੇ ਕੋਲ ਸੁੱਖਾਂ ਦੀ ਪਰਬੰਦੀ ਹੋਈ ਹੈ ਦੂਜਾ ਦੂਜੇ ਸੁਣਾ ਦਿੰਦਾ ਕਹਿੰਦੇ ਬਈ ਕੀ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਦੁੱਖ ਰੋਂਦੇ ਸੀ ਹੋਰ ਕੀ ਕਰਦੇ ਸੀ ਕਹਿੰਦੇ ਸੁੱਖ ਮਿਲ ਗਿਆ ਕਹਿੰਦੇ ਸੁੱਖ ਤਾਂ ਨਹੀਂ ਮਿਲਿਆ ਮਨ ਹੌਲੇ ਹੋ ਗਏ ਕਹਿੰਦੇ ਸੁਣਾ ਕੇ ਪ੍ਰਾਪਤ ਇੰਨਾ ਹੀ ਬਸ ਲਾਭ ਹੋਇਆ ਲੇਕਿਨ ਜਿੱਥੇ ਆਪਾਂ ਬੈਠੇ ਹਾਂ ਇੱਥੇ ਖਾਲਸਾ ਜੀ ਆਨੰਦ ਹੀ ਆਨੰਦ ਹੈ ਸਤਿਗੁਰੂ ਜੀ ਆਨੰਦ ਸਰੂਪ ਹਨ
ਸਾਰਿਆਂ ਨੂੰ ਖਾਲਸਾ ਜੀ ਸੁਖ ਆਨੰਦ ਦਾ ਵਰਤਾਰਾ ਦੇਣ ਵਾਲੇ ਉਦਮੀਓ ਕੀ ਆਵਾਜ਼ ਆ ਰਹੀ ਸੀ ਤਾਂ ਮੈਂ ਆਇਆ ਸ਼ਰਨ ਆਇਆ ਭੋਤੇ ਆਇਆ ਕਿਰਪਾ ਆਇਆ ਆਇਆ ਨਾ ਸ਼ਰਨ ਵਿੱਚ ਹੰਗਤਾ ਵੀ ਆ ਜਾਂਦੀ ਆ ਤੂੰ ਗਿਆ ਨੀ ਗੁਰਦਾਰੇ ਅੱਜ ਮੈਂ ਜਾ ਕੇ ਆਇਆ ਹਰ ਜੀ ਹੰਕਾਰ ਦਾ ਭਾਵ ਹੀ ਬਿਲਕੁਲ ਸੁਣਾਵੈ ਤਾਂ ਮੈਂ ਆਇਆ ਗੁਰੂ ਪਠਾਇਆ ਗੁਰੂਆਂ ਨੇ ਭੇਜਿਆ ਹੈ ਆਪਾਂ ਨੂੰ ਆਪਣੇ ਪਿਆਰ ਸੇ ਖਾਲਸਾ ਜੀ ਮਾਤਾ ਦੇ ਉਦਰ ਦੁਆਰਾ ਮਾਨਸ ਦੇ ਹੀ ਲੈਣੀ ਇਹ ਪਰਮੇਸ਼ਵਰ ਦੀ ਕਿਰਪਾ ਬੜੀ ਅਮੋਲ ਮਾਨਸ ਦੇ ਹੀ ਹੈ ਇਹ ਘੜੀ ਘੜੀ ਖਾਲਸਾ ਜੀ ਮਿਲਦੀ ਨਹੀਂ ਇਹ ਕੌਣ ਸਿੱਖਿਆ ਦਿੰਦਾ ਗੁਰੂ ਸਾਹਿਬ ਕਿਰਪਾ ਕਰਦੇ ਜਿੱਥੇ ਮਾਨਸ ਦੇ ਹੀ ਅਮੋਲਕ ਹੈ ਉੱਥੇ ਗੁਰੂ ਕੀ ਸੰਗਤ ਵੀ ਅਮੋਲਕ ਔਰ ਗੁਰੂ ਬਿਠਾਇਆ ਇੱਥੇ ਕਿਹਨੇ ਭੇਜਿਆ ਹੈ ਬ੍ਰਹਮ ਤੋਂ ਨਿਰਾਕਾਰ ਹੈ ਔਰ ਸ਼ਰਨ ਵਿੱਚ ਕਿਹਨੇ ਭੇਜਿਆ ਜੇ ਕੋਈ ਕਹੇ ਮੈਂ ਆਕਾਸ਼ ਦੀ ਸ਼ਰਨ ਚੱਲੇ ਹਾਂ ਕਹਿੰਦੇ ਜਿੱਥੇ ਖੜਾ ਉੱਥੇ ਆਕਾਸ਼ ਹੈ ਨੀ ਚੱਲਿਆ ਕਿੱਧਰ ਤੋਂ ਜਿਵੇਂ ਜਮਾਨ ਕੇ ਵਿਖੇ ਸਮਸਤੇ ਕਿ ਜੋਤ ਹੈ ਵੈਗੁਰੂ ਤੋਂ ਸਾਰੇ ਵਿਆਪਕ ਹੈ ਚੱਲਿਆ ਕਿੱਥੇ ਨੂੰ ਹੈ ਬਈ ਚੱਲਣ ਵਾਲੇ ਦੋ ਵਸਤੂਆਂ ਤੁਹਾਡੇ ਕੋਲ ਸਰੀਰ ਵੀ ਆ ਤੇ ਮਨ ਵੀ ਹੈ ਸਰੀਰ ਤਾਂ ਚੱਲ ਕੇ ਆ ਗਿਆ ਮਨ ਵੀ ਆ ਗਿਆ ਚੱਲ ਕੇ ਮਨ ਪਿੱਛੇ ਤੁਰਿਆ ਫਿਰਦਾ ਜਿੰਨਾ ਚਿਰ ਖਾਲਸਾ ਜੀ ਮਨ ਦੇ ਸੰਕਲਪ ਨੂੰ ਇੱਥੇ ਨੀ ਜਿਉਂਦੇ ਓਨਾ ਚਿਰ ਆਪਾਂ ਸੁਖੜੇ ਨੀ ਹੁੰਦੇ ਕਿਉਂ ਸਰੀਰ ਦਾ ਆਉਣਾ ਕਿਉਂ ਜ਼ਰੂਰੀ ਹੈ ਕਹਿੰਦਾ ਬਈ ਮੈਂ ਤਾਂ ਆਵਾਜ਼ ਸੁਣਦੀ ਸੀ ਘਰੇ ਹੀ ਸੁਣਦਾ ਰਿਹਾ ਤੂੰ ਉੱਥੇ ਕੀ ਸੁਣਿਆ ਲੇਕਿਨ ਉਹਦਾ ਸਰੀਰ ਤਾਂ ਨਹੀਂ ਨਾ ਆਇਆ ਸਰੀਰ ਦੀ ਸਫਲਤਾ ਔਰ ਮਨ ਦੀ ਸਫਲਤਾ ਇੱਥੇ ਸੰਗਤ ਦੇ ਵਿੱਚ ਆਉਣੇ ਕਰਕੇ ਹੀ ਹੋਈ ਸਰੀਰ ਦੇ ਉੱਤੇ ਸੰਗਤਾਂ ਦੀ ਧੂੜੀ ਪੈ ਜੇ ਖਾਲਸਾ ਜੀ ਜਨਮ ਜਨਮਾਂ ਦੀਆਂ ਪਾਪਾਂ ਦੀ ਮੈਲ ਚੱਕੀ ਜਾਂਦੀ ਹੈ ਨਾਲ ਹੀ ਸਰੀਰ ਤੋਂ ਬਾਅਦ ਇੰਦਰੇ ਹਨ ਇੰਦਰਾਂ ਤੋਂ ਬਾਅਦ ਤਾਂ ਤੁਹਾਡੀ ਮਨ ਹੈ ਆ ਇੰਦਰੇ ਵੀ ਸਫਲ ਹਨ ਇਹਨਾਂ ਗੁਰਸਿੱਖਾਂ ਦੇ ਸੰਗ ਦੇ ਦਰਸ਼ਨ ਕਰਕੇ ਸਾਥਾਂ ਜੀ ਨੇਤਰ ਪਵਿੱਤਰ ਹਨ ਆਵਾਜ਼ ਸੁਣ ਕੇ ਕੰਨ ਸਫਲੇ ਹਨ ਹਸਤੋ ਪਵਿੱਤਰੋ ਜਦੀ ਦਾਨ ਪੁੰਨਿਆ ਪਾਦੋ ਪਵਿੱਤਰੋ ਜਦੀ ਤੀਰਥ ਯਾਤਰਾ ਵਾਗਨ ਪਵਿੱਤਰ ਜਦੀ ਰਾਮ ਨਾਮੰ ਹਿਰਦਨ ਪਵਿੱਤਰ ਜਦੀ ਬ੍ਰਹਮ ਨਿਸ਼ਠਾ ਇਹ ਸਾਰੇ ਤੱਤ ਮੇਰੀ ਅੰਗ ਸਾਰਾ ਹਿਰਦਾ ਸਾਰਾ ਕੌਣ ਚਾਹੁੰਦਾ ਕਿ ਮੇਰੇ ਮਹਿਲ ਲੱਗੀ ਰਹੇ ਨਿਕਲ ਖਾਲਸਾ ਜੀ ਜਿਹੜੀ ਮਹਿਲ ਆ ਸੰਗਤ ਨੇ ਆਪਣੇ ਜਨਮਾਂ ਜਨਮਾਂ ਦੀ ਲਾਹ ਲੈਣੀ ਆ ਕਿਹੜੇ ਮਤੇ ਰੱਖ ਕੇ ਆਇਆ ਇਹ ਵੀ ਆਉਂਦੇ ਮੈਂ ਵਿਦਵਾਨ ਆ ਸਾਰਿਆਂ ਵੱਲ ਦਿਸਦਾ ਇਹਨਾਂ ਨੂੰ ਸਮਝਾਉਣ ਆਇਆ ਏਦੋਂ ਵੱਡਾ ਕੋਈ ਮੂਰਖ ਨਹੀਂ ਹੈ ਇਹਨਾਂ ਦੇ ਆਸਰੇ ਜਨਮ ਸਫਲਾ ਕਰਨ ਆਇਆ ਇੱਕ ਨਾਨਕ ਰੂਪ ਸ਼ਰਨੀ ਆਇਆ ਸ਼ਰਨ ਤਾਂ ਆ ਗਿਆ ਜੇ ਭਰੋਸਾ ਨਾ ਹੋਵੇ ਕਹਿੰਦਾ ਸੁਣਿਆ ਤਾਂ ਅੱਜ ਬਹੁਤ ਬਹੁਤ ਹੀ ਮੈਨੂੰ ਇਹਦੇ ਲਈ ਭਰੋਸਾ ਭਰੋਸੇ ਆਇਆ ਇਹ ਵੀ ਮਨ ਚ ਚੇਤਾ ਕਰਕੇ ਜੋ ਸੁਣੂਗਾ ਉਹਦੇ ਭਰੋਸਾ ਰੱਖੂ ਜੇ ਗੁਰੂ ਕੇ ਸਿੱਖ ਕਹਿ ਦੇਣਗੇ ਹੁਣ ਰਾਤ ਹੈ ਮੈਂ ਰਾਤ ਹੀ ਮੰਨ ਲੂੰਗਾ ਆਗਿਆ ਸੁਣਨੀ ਸਾਹਿਬ ਸੇਵਾ ਜਿਹੜੀ ਆਗਿਆ ਦਾ ਪਾਲਣ ਕਰਨ ਇਹ ਸਭ ਤੋਂ ਵੱਡੀ ਸੇਵਾ ਹੈ ਬੱਚੇ ਨੂੰ ਮਾਂ ਨੂੰ ਪੁੱਛ ਲੋ ਬੱਚੇ ਕਿਵੇਂ ਹੈ ਕਹਿੰਦੀ ਆ ਕੰਮ ਤਾਂ ਮੇਰਾ ਬਥੇਰਾ ਕਰਦਾ ਪਰ ਮੈਨੂੰ ਗਾਲਾਂ ਬਹੁਤ ਕੱਢਦਾ ਆ ਕੰਮ ਤਾਂ ਬੱਚਾ ਕਰਦਾ ਨੀ ਪਰ ਮੇਰਾ ਸਤਿਕਾਰ ਕਰਦਾ ਮੈਨੂੰ ਬਹੁਤ ਪਿਆਰਾ ਲੱਗਦਾ ਦੇਖੋ ਜਿਹੜਾ ਕੰਮ ਕਰਦਾ ਗਾਲਾਂ ਕੱਢਦਾ ਉਹ ਫਿਰ ਨੀ ਪਿਆਰਾ ਜਿਹੜਾ ਡੱਕਾ ਨੀ ਤੋੜਦਾ ਸਤਿਕਾਰ ਕਰਦਾ ਹੈ ਉਹਨੂੰ ਮਾਂ ਪਿਆਰ ਕਰਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਗੋਬਿੰਦ ਭਾਉ ਭਗਤ ਦਾ ਪੁੱਖਾ ਪਰਮੇਸ਼ਰ ਨਹੀਂ ਤਾਂ ਅਮੀਰ ਸਤਿ ਜੀ ਦਾ ਰੱਬ ਨੂੰ ਤੁਸੀਂ ਚੁੱਕੇ
ਗਰੀਬ ਵਿਚਾਰੇ ਕੀ ਕਰਨਗੇ। ਪਰਮੇਸ਼ਰ ਪ੍ਰੇਮ ਦਾ ਉਸ ਪ੍ਰੇਮ ਦੀ ਲਪੇਟ ਚ ਲੈ ਕੇ ਮਨ ਨੂੰ ਆਪਾਂ ਗੁਰਸਿੱਖੋ ਇੱਥੇ ਆਇਆ ਭੁਲਦੇ ਆਇਆ ਜੇ ਭਰੋਸਾ ਧਾਰ ਕੇ ਆਇਆ ਹਮਲ ਅੱਗੇ ਵੀ ਆਇਆ ਨਹੀਂ ਕਿਰਪਾ ਆਇਆ ਮੇਰੇ ਕੀ ਇਖਤਿਆਰ ਆ ਮਹਾਰਾਜ ਕੱਢ ਕੇ ਪੁੱਤਰੀ ਕਹਾਂ ਕਰਾ ਗੁਰਦੇ ਖਿਲਾਵਣ ਹਾਰੋ ਜਾਂਦਾ ਅੱਠ ਦੀਆਂ ਪੁਤਲੀਆਂ ਜਿਵੇਂ ਕੋਈ ਨਚਾਉਂਦਾ ਨੱਚਦੀਆਂ ਹਨ ਆਪ ਤਾਂ ਨੀ ਨੱਚ ਸਕਦੇ ਮਹਾਰਾਜ ਤੁਹਾਡੇ ਕਿਰਪਾ ਨਾਲ ਆਇਆ ਤੁਸੀਂ ਹਿਰਦੇ ਸ਼ਰਧਾ ਬਖਸ਼ੀ ਹੈ ਆਪਣੇ ਸਾਰਿਆਂ ਦੇ ਹਿਰਦੇ ਚ ਸ਼ਰਧਾ ਤੇ ਪ੍ਰੇਮ ਹੈ ਜਿਹਦੇ ਚ ਨਹੀਂ ਹੈ ਨਹੀਂ ਸੰਗਤ ਚ ਆਉਂਦੇ ਉਹ ਵਿਚਾਰੇ ਚਾਗਲੇ ਜਾਂ ਭਾਗ ਧੁਰ ਮੰਦੇ ਜਦ ਉਹਨਾਂ ਦਾ ਕੋਈ ਸ਼ਬਦਾ ਹੈ ਹੀ ਨਹੀਂ ਉੱਥੇ ਬਾਹਰਲੇ ਦੇਸ਼ ਵਿੱਚ ਇੱਕ ਪ੍ਰੇਮੀ ਕਹਿਣ ਲੱਗਾ ਜੀ ਅਸੀਂ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਪਰ ਮੁੰਡੇ ਨੇ ਘਰ ਖੰਡ ਪਾਠ ਮਗਰ ਮੱਥਾ ਨਹੀਂ ਟੇਕਿਆ ਇਹਨੂੰ ਕਹੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦੇਵੇ ਜਿਸ ਵੇਲੇ ਮੈਂ ਕਿਹਾ ਕਹਿੰਦਾ ਢਿੱਡ ਤੇ ਹੱਥ ਰੱਖ ਕੇ ਦੇ ਤੇ ਮੇਰੇ ਇੱਥੇ ਹੈ ਨੀ ਮੈਂ ਕਿਉਂ ਦੇਖਾਂ ਉਧਰ ਦਾ ਜੰਮਿਆ ਹੋਇਆ ਉਹਨੂੰ ਭਾਸ਼ਾ ਤਾਂ ਇੰਨੀ ਆਉਂਦੀ ਸੀ ਭਾਵ ਮੇਰੇ ਅੰਦਰ ਸ਼ਰਧਾ ਹੈ ਨੀ ਕਿਉਂ ਟੇਕਾਂ ਕਹਿੰਦਾ ਸਰਦਾਰ ਸਾਹਿਬ ਜੀ ਸਮਨ ਜੋਤ ਪ੍ਰੇਮ ਕੀ ਦਮਕੇ ਹੋਤੀ ਸਾਰ ਰਾਵਣ ਹੋਤੇ ਸੁਰੰਗ ਨੇ ਜਨ ਸਿਰ ਜੀ ਨੇ ਕਹਾ ਰਾਵਣ ਆਪਣੇ ਭਾਵੇਂ ਬ੍ਰਾਹਮਣ ਸੀ ਸੀਤਾ ਹਰਨ ਕਰਨੇ ਕਰਕੇ ਕਟੜਕੀ ਹੋਇਆ ਲੇਕਿਨ ਕਾਰਡ ਪਾਵੇ ਨਾ ਬੰਨਿਆ ਅਸੀਂ ਕਦੇ ਬੰਨਿਆ ਕਿਸੇ ਨੇ ਕਾਰਡ ਪਾਵੇ ਨਾ ਸਵਰਗ ਦੇ ਰਾਜੇ ਇੰਦਰ ਵਰਗੇ ਪਾਣੀ ਭਰਦੇ ਸੀ ਚੌਰ ਚੰਦਰੰਗ ਕਰਨ ਸੂਰ ਛਤਰੰਗ ਧਰਨ ਵੇਦ ਬ੍ਰਹਮਾ ਰਲਮ ਦੁਆਰ ਮੇਰੇ ਜਿਸ ਵੇ ਰਾਮ ਚੰਦਰ ਚੜ੍ਹ ਕੇ ਗਿਆ ਕਹਿੰਦਾ ਬ੍ਰਹਮਾ ਬੈਠਾ ਮੇਰੇ ਧਰਤੇ ਦਰਵਾਜੇ ਦੇ ਵੇਦ ਪੜ੍ਹਦਾ ਦੁਨੀਆਂ ਦਾ ਕਰਤਾ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਜਿਹਨੂੰ ਅਸੀਂ ਸਤਿ ਜੀ ਕਹਿੰਦੇ ਹਾਂ ਪੜ੍ਹੋ ਨਾ ਮਾੜੇ ਕਰਮ ਨਹੀਂ ਤਾਂ ਹੋਰ ਕੀ ਕਰੇ ਪੂਰੇ ਦਾ ਕੀ ਆ ਸਭ ਪੂਰਾ ਘੱਟ ਵੱਧ ਕੁਛ ਨਾ ਹੀ ਨਾਨਕ ਗੁਰਮੁਖ ਕਹਿਤੇ ਜਾਣੇ ਪੂਰੇ ਮਾਹੇ ਸੁਭਾਹੀ ਗੁਰੂਆਂ ਤੇ ਸੁਪਨੇ ਵਿੱਚ ਵੀ ਸ਼ੰਕਾ ਨਾ ਕਰੇ ਤੇਰੇ ਪਾਤਸ਼ਾਹ ਇੰਨੇ ਸੌ ਸਾਲ ਹੋ ਗਿਆ ਪਿਛਲੇ ਗੁਰਸਿੱਖ ਉਹਨਾਂ ਦੇ ਤਾਂ ਅਸੀਂ ਪੁੱਛਿਆ ਮਰ ਗਏ ਬਦੀ ਹਾਂ ਕਰਨੀਆਂ ਵਾਲੇ ਕਮਾਈਆਂ ਵਾਲੇ ਹੋਏ ਨਿਰਮਲ ਦੇ ਭੂਸ਼ਣ ਤੇ ਹਮ ਸਾਧ ਹੋਏ ਨਿਮ ਸਿੰਘ ਸਤਪਦਾ ਦਰਸ਼ਨ ਬੈਠੇ ਸਰ ਕਰਨੀ ਬਾਬੇ ਉੱਥੇ ਨੀ ਜਾਂਦੇ ਬ੍ਰਹਮ ਗਿਆਨੀ ਹੋਏ ਉਦਾਸੀ ਭੇਖੀ ਸਰ ਕਰਨੀ ਪੇਕੂ ਦਾਸ ਵਰਗੇ ਬਲਖੰਡੀ ਦਾਸ ਵਰਗੇ ਬੜੇ ਸਾਧੂ ਹੋਏ ਖਾਲਸਾ ਜੀ ਗੁਰੂ ਆਏ ਇਸ ਗੁਰੂ ਨਾਨਕ ਦੇਵ ਦੇ ਘਰ ਵਿੱਚ ਪਰ ਕਿਸੇ ਨੂੰ ਸ਼ੱਕ ਹੀ ਨਹੀਂ ਅੱਜ ਅਸੀਂ ਸਰ ਚੰਗੇ ਜੀ ਕਰਜ ਵਾਲੇ ਜੀਵ ਹਾਂ ਹੌਲੀ ਹੌਲੀ ਖਾਲਸਾ ਜੀ ਕਰਜੋ ਪ੍ਰਭਾਵ ਪਾਉਂਦਾ ਆ ਰਿਹਾ ਕੀ ਕਹੀਏ ਜੇ ਮਹਾਰਾਜ ਕਿਰਪਾ ਕਰੋ ਸਹੇ ਨੂੰ ਕਹਿੰਦੇ ਬਾ ਮਾਸ ਖਾਣਾ ਜੀ ਕਰਦਾ ਕਹਿੰਦਾ ਮੈਂ ਤਾਂ ਅਰਦਾਸ ਕਰਦਾ ਮੇਰਾ ਹੀ ਬਚ ਰਹੇ ਚੰਗਾ ਸੋ ਖਾਲਸਾ ਜੀ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਕੀਤੇ ਅੰਗਰੇਜ਼ਾਂ ਇਸ ਕਰਕੇ ਖਾਲਸਾ ਜੀ ਕਦੇ ਵੀ ਕਿਸੇ ਸੰਸਾਰ ਦੇ ਦੁੱਖਾਂ ਤੋਂ ਆਪਣੇ ਆਪ ਨੂੰ ਚੰਗਾ ਨਾ ਵੀਰ ਸਭ ਤੇ ਹਮ ਬੁਰੇ ਹਮ ਤਾਂ ਬੋਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮਿਤ ਹਮਾਰਾ ਕੋਏ ਇਹ ਬਿਰਤੀ ਰੱਖ ਕੇ ਸੰਗਤ ਚ ਬੈਠ ਕੇ ਖਾਲਸਾ ਜੀ ਜਿਵੇਂ ਬਚਪਨ ਵਿੱਚ ਬੱਚੇ ਦੇ ਚੂਹੀ ਵੱਡੋ ਝੁਹਾੜਾ ਮਾਰਦਾ ਜੇ ਮਾਂ ਦਾ ਦੁੱਧ ਚੰਗਾ ਹੋਵੇ ਨਾ ਫੇਰ ਜੇ ਇੱਥੇ ਚੂਹੀ ਵੱਢ ਕੇ ਝਾਂਗਿਆੜ ਮਾਰੇਗਾ ਉਹ ਚੂਹੀ ਨਾਲੋਂ ਉਹਨੂੰ ਦੁੱਧ ਦਾ ਸਵਾਦ ਜ਼ਿਆਦੇ ਆ ਹੱਥ ਨਾ ਹਟਾਵੇਗਾ ਤਾਂ ਸਹੀ ਜੇ ਚੂਹੀ ਵੱਢਦੇ ਹੁੰਦੇ ਲੇਕਿਨ ਅਸਰ ਨਹੀਂ ਮਾਂ ਦਾ ਛੱਡੇਗਾ ਕਿਉਂ ਉਸਨੂੰ ਆਨੰਦ ਆ ਖਾਲਸਾ ਜੀ ਖਾਣ ਪੀਣ ਪਹਿਨਣ ਦੇ ਜਿਤਨੇ ਆਨੰਦ ਨੇ ਇਹਨਾਂ ਸਾਰਿਆਂ ਨਾਲੋਂ ਆ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਗੁਰਬਾਣੀ ਦੀਆਂ ਆਵਾਜ਼ਾਂ ਆ ਰਹੀਆਂ ਮਸ਼ਹੂਰ ਇਹਨਾਂ ਨਾਮ ਦਾ ਜਿਹੜਾ ਰਸੀਆ ਗੁਰਮੁਖ ਹੈ ਉਹ ਖਾਲਸਾ ਜੀ ਪਰਵਾਹ ਨਹੀਂ ਕਰਦਾ ਰਸ ਮਾਣਦਾ ਹੈ ਇਸ ਰਸ ਦੇ ਆਸਰੇ ਹੀ ਇਹ ਫੁਲਵਾੜੀ ਦਾ ਚੰਗ ਜੀ ਜਿਵੇਂ ਪਾਣੀ ਬਿਨਾਂ ਨਹੀਂ ਖਿੜਦੀ ਆ ਨਾਮ ਰਸ ਦੇ ਆਸਰੇ ਫੁਲਵਾੜੀ ਖਿੜੀ ਹੋਈ ਹੈ ਗੁਰੂ ਨਾਨਕ ਦੇਵ ਜੀ ਸੋ ਪ੍ਰੇਮੀਆਂ ਦਾਸ ਨੂੰ ਹੁਕਮ ਹੋਇਆ ਕਿ ਆਪਾਂ ਮੁਹੰਮਦ ਨੂੰ ਵਿਚਾਰ ਕਰੀਏ ਅੰਮ੍ਰਿਤਮਈ ਕਹਿੰਦੇ ਵੀ ਆ ਮਿਸਰੀ ਜਿਹੜੀ ਦੇਖਦਾ ਸਵਾਦ ਹੈ ਕਹਿੰਦੇ ਦੇਖਾਂ ਤਾਂ ਜਦੋਂ ਦੇਖੀ ਕਹਿੰਦੇ ਦੂਜੇ ਪਾਸੋਂ ਦੇਖਦਾ ਕਹਿੰਦੇ ਉਧਰੋਂ ਵੀ ਉਹੀ ਜੀ ਮਿਸਰੀ ਜੜੀ ਨੂੰ ਜਿੱਧਰ ਵੀ ਸਤ ਸੰਗ ਜੀ ਰਥਨਾ ਛੁਹਾਵਾਂਗੇ ਇੱਕੋ ਜਿਹੀ ਮਿੱਠੀ
ਮਿੱਠੀ ਜਿਹੜੀ ਤਾਂ ਪ੍ਰਮਾਣ ਮਾਤਰ ਹੈ, ਉਹ ਜਿਹੜੀ ਮਿੱਠੀ ਹੈ, ਮਿੱਠਾ ਸੋਝੋ ਭਾਵੋ ਦਾ ਸੱਜਣ ਸੋਝੇ ਰਾਤ, ਮਿੱਠੀ ਜਿੰਦ ਕਿਹੜੀ ਹੈ ਖਾਲਸਾ ਜੀ, ਜਿਹੜੀ ਚੰਗੀ ਲੱਗਦੀ। ਅਮਰੀ ਨੂੰ ਕਹੋਗਾ ਤਾਂ ਵਿਛੁੜ ਦੀ ਡੋਲੀ, ਅਮਰੀ ਨੀਮ ਦਾ ਕੋਲਾ ਦੇ ਅੱਗ ਲਾਇਆ, ਸਭ ਗੁੜ ਦੀ ਰੋੜੀ ਨੂੰ ਮੈਂ ਕਰਨੀ ਹੈ, ਉਹਨੂੰ ਖੇਵੀ ਮਿੱਠੀ ਰੰਗਦੀ ਹੈ। ਗੁਰਸਿੱਖਾਂ ਨੂੰ ਸਮੇਂ ਦੇ ਗਾਣੇ ਨੀ ਚੰਗੇ ਲੱਗਦੇ, ਆ ਜਿਹੜੀ ਅੰਮ੍ਰਿਤ ਵਾਲੀ ਬਾਣੀ ਹੈ ਇਹ ਮਿੱਠੀ ਲੱਗਦੀ, ਮਿੱਠਾ ਹਰ ਘਰ ਨਾ ਹੋ। ਆ ਦੁਨੀਆਂ ਦੀ ਮਿਠਾਸ ਬਿਮਾਰੀਆਂ ਪੈਦਾ ਕਰੇਗੀ, ਬਾਣੀ ਹਰ ਰਸ ਖੀਰ ਹੈ, ਰਾਗ ਪਈ ਵਿੱਚ ਖੰਡ, ਖੀਰ ਛੋਟ ਖੰਡ ਖਾਂਦੇ ਭਏ ਰੰਡ ਕੇ ਰੰਡ, ਬਾਣੀ ਦੁੱਧ ਹੈ ਖਾਲਸਾ ਜੀ। ਆਪਾਂ ਜੇ ਦੁੱਧ ਦੇਵੇ ਕੋਈ ਇਹਦੇ ਭਾਈ ਮਿੱਠਾ ਘੱਟ ਹੈ ਹੋਰ ਪਾ ਦੇ। ਜਦੋਂ ਜਨਮ ਲਿਆ ਸੀ ਉਦੋਂ ਮਾਂ ਨੂੰ ਕਿਹਾ ਸੀ ਮਿੱਠਾ ਕਰ ਦੇ ਮੈਨੂੰ ਦੁੱਧ ਚੁੰਘਣ ਨੂੰ, ਜੇ ਸਰ ਤੁਸੀਂ ਮਾਂ ਹੀ ਮਿੱਠਾ ਖਾ ਬੈਠੇ ਉਹ ਬੱਚਿਆਂ ਨੂੰ ਚੁੰਘਣੇ ਜੇ ਲੱਗਣ ਲੱਗ ਜਾਂਦੇ ਆ, ਮਾਂ ਮਿੱਠਾ ਵੀ ਛੱਡ ਜਾਂਦੇ, ਕਹਿੰਦੀ ਮੇਰੇ ਬੱਚਿਆਂ ਨੂੰ ਤਾਂ ਅੰਦਰ ਖਾਜ ਹੁੰਦੀ। ਸੋ ਖਾਲਸਾ ਜੀ ਮਿੱਠਾ ਬਿਮਾਰੀਆਂ ਦਾ ਘਰ ਹੈ, ਲੇਕਿਨ ਦੁੱਧ ਤਾਂ ਨਹੀਂ। ਇਸੇ ਤਰ੍ਹਾਂ ਖਾਲਸਾ ਜੀ ਆ ਜਿਹੜੀ ਅੰਮ੍ਰਿਤਮਈ ਬਾਣੀ ਹੈ, ਖਾਲਸਾ ਨਾਮ ਰਸੀਆ ਹੈ, ਰਾਗ ਰਸੀਆ ਨਹੀਂ ਹੈ। ਭਾਂਡੇ ਨੂੰ ਨਹੀਂ ਚੱਲਦਾ, ਭਾਂਡੇ ਦਾ ਜਿਹੜਾ ਦੁੱਧ ਆ ਉਹਦਾ ਆਨੰਦ ਮਾਣਦਾ। ਖਾਲਸਾ ਜੀ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ, ਹੇ ਮਾਰਾ ਕਿਰਪਾ ਆਇਆ, ਕੋਈ ਇੱਛਾ ਵੀ ਹੈ ਆਇਆ ਤਾਂ ਹਾਂ, ਅੱਜ ਸਾਰਿਆਂ ਦੇ ਪੁੱਛੋ ਹਿਰਦੇ ਚ ਇੱਛਾ ਕੀ ਹੈ, ਹੇ ਮਾਰਾ ਸੁੱਖ ਵਾਸਤਾ ਸੁਖ ਸ਼ਾਂਤੀ ਬਖਸ਼ੋ, ਸਾਰੇ ਕਹਾਂ ਮਾਰਦੇ ਕਿ ਨਹੀਂ, ਕੀ ਸੁਣਿਆ ਮਹਾਰਾਜ, ਕਰ ਲੋ ਧਰਮ ਰਾਜਾ, ਸੁਣ ਸੁਣ ਹੀ ਡਰਾਇਆ, ਧਰਮ ਰਾਜਾ ਬੜਾ ਕਰ ਹੈ, ਰੱਤੀ ਨੂੰ ਮਾਸਾ ਤੋਲ ਕਢਾਉਂਦੇ ਹਾਂ, ਇਹ ਕਿਹਨੇ ਦੱਸਿਆ, ਸਾਨੂੰ ਦੇਖਿਆ ਤਾਂ ਹੈ ਨੀ ਧਰਮ ਸਾਰਾ ਧਰਮ ਰਾਜਾ, ਲੇਕਿਨ ਗੁਰੂ ਨੇ ਦੱਸਿਆ, ਸੁਣ ਸੁਣ ਹੀ ਡਰਾਇਆ, ਸੁਣ ਸੁਣ ਕੇ ਹਿਰਦਾ ਕੰਬਦਾ ਹੈ, ਰੱਤੀਆਂ ਮਾਸਾ ਤੋਲ ਕਢਾਉਂਦੇ ਹਾਂ, ਮਾਸੇ ਜੋ ਰੱਤੀ ਰੱਤੀ ਹਿਸਾਬ ਮੰਗ ਲਵੇਗਾ। ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਦੇਖਾ ਸਮਝਾ, ਪਰ ਦੇਖਾ ਕਿਹਨਾਂ ਦਾ ਸਮਝੇਗਾ, ਜਿਹਨਾਂ ਨੇ ਗੁਰੂ ਨਾਨਕ ਦੇਵ ਦਾ ਸੋਹਣੇ ਗੁਰੂ ਸਮਝ ਲਿਆ, ਉਹ ਧਰਮ ਰਾਜਾ ਦਫ਼ਤਰ ਚੋਂ ਕਾਗਜ਼ ਫਾੜ ਕੇ ਉਹ ਮਾਰਦਾ ਕਰਦਾ। ਤਾਂ ਆਪਾਂ ਗੁਰੂ ਦੀ ਸ਼ਰਨ ਵਿੱਚ ਆਏ ਹਾਂ, ਉਹਨਾਂ ਦੀ ਕਿਰਪਾ ਨਾਲ ਆਏ ਹਾਂ। ਅੱਛਾ ਜੀ, ਉਹ ਅੰਮ੍ਰਿਤ ਪਾਇਆ, ਆਹ ਜਿਹੜਾ ਸੰਸਾਰ ਹੈ ਇਹ ਅਗਨੀ ਦਾ ਸਮੁੰਦਰ ਹੈ, ਔਰ ਮੋਹ ਹਨੇਰਾ ਹੈ, ਇਹਦੇ ਸਰ ਚਲਦੀ ਬੜਾ ਭਾਰੀ ਖੂਹ ਵੀ ਨੇ, ਹਨੇਰੇ ਖੂਹ ਤਾਂ ਪਾਣੀ ਨੂੰ ਨੀ ਦੱਸਦਾ ਇਹ ਖੂਹ ਮਰ ਜਾਈਏ। ਇਸੇ ਤਰ੍ਹਾਂ ਖਾਲਸਾ ਜੀ ਸੰਸਾਰ ਖੂਹ ਦੀ ਨਿਆਈ ਹੈ, ਸਾਨੂੰ ਗੁੱਜਰ ਪਰਮੇਸ਼ਰ ਦਾ ਨਾਮ ਵਿਅਕਤੀ ਨਹੀਂ ਆਉਂਦਾ। ਐਸੇ ਸਮੇਂ ਦੇ ਅੰਦਰ ਕਲਯੁਗੀ ਜੀਵਾਂ ਨੇ ਵਿਅਕਤੀ ਰੂਪੀ ਪੂਜਾ ਸਤਿਗੁਰਾਂ ਨੇ ਪਕੜੀ ਹੈ। ਜੇ ਕੋਈ ਕਹੇ ਪਰਮੇਸ਼ਰ ਦਾ ਭਗਤਾਂ ਦੀ ਬਾਂਹ ਫੜਦਾ ਆਇਆ, ਸਾਡੀ ਵੀ ਬਾਂਹ ਫੜ ਲੂਗਾ। ਜਿਹਨੇ ਖਾਲਸਾ ਜੀ ਵਿਅਕਤੀ ਦੇ ਨਾਲ ਸ਼ਬਦ ਨੂੰ ਪਕੜ ਲਿਆ ਨਾ, ਉਹ ਸਮਝ ਲਵੇ ਗੁਰੂ ਨਾਨਕ ਦੇਵ ਮੇਰੀ ਬਾਂਹ ਫੜਦੀ। ਜਿੰਨਾ ਚਿਰ ਬੱਚਾ ਮਾਂ ਬਾਪ ਨੂੰ ਉਂਗਲੀ ਫੜੀ ਰਹੇ ਕਦੇ ਰੋਂਦਾ ਨਹੀਂ, ਜੋ ਮਾਂ ਬਾਪ ਨੂੰ ਉਂਗਲੀ ਫੜਾ ਲੈਣ ਜਦੀ ਰੋਣ ਲੱਗ ਜਾਂਦਾ। ਇਹ ਹਰ ਤਨ ਮਨ ਗੁਰੂ ਕੇ ਸਿੱਖ ਦੀ ਬਰਾਗ ਮਾਰਦੀ ਹੈ। ਸਰਮ ਖੰਡ ਦੀ ਬਾਣੀ ਨੂੰ ਜਿੱਥੇ ਘਰ ਤੋਂ ਘੜੀਏ ਬਹੁਤ ਨੂੰ, ਤਾਂ ਕਿ ਇਹ ਗੱਲਾਂ ਕੱਚੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਿੱਛਾ, ਜਿੱਥੇ ਘੜੀਏ ਸੁਰਤ ਮਤ ਮਨ ਬੁੱਤ, ਇੱਥੇ ਘੜੀ ਜਾਂਦੀ ਹੈ ਸੁਰਤੀ ਬੁੱਤੀ, ਇਹਦੇ ਚ ਔਗਣ ਕੀ ਨੂੰ ਘੜ ਕੇ ਪਰੇ ਕਰ ਦਿਓ। ਇਹ ਪ੍ਰਯੋਜਨ ਵਾਸਤੇ ਆਪਾਂ ਬੈਠੇ ਆ, ਹੇ ਮਹਾਰਾਜ ਸਾਡੇ ਤੇ ਕਿਰਪਾ ਕਰੋ, ਇਹੋ ਜਿਹਾ ਉਪਦੇਸ਼ ਕਰਤਾ ਜੀ, ਸਾਰੀ ਦੁਨੀਆਂ ਦੇ ਗ੍ਰੰਥਾਂ ਨੂੰ ਖੋਲ ਲਿਓ, ਲੱਭ ਜਾਵੇਗਾ ਸਾਡਾ ਸੁਪਨਿਹਾਲ ਜਾਈਏ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ, ਜਿਹਨਾਂ ਦਸਾਂ ਸਰੂਪਾਂ ਚ ਵਰਤ ਕੇ ਕਰਮੀ ਪਾਤਸ਼ਾਹ ਨੇ ਕਿਰਪਾ ਦੇਤੀ ਕੀਤੀ ਖਾਲਸਾ ਜੀ। ਪਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੈ, ਕੀ ਹੋਰ ਧਰਮ ਝੂਠੇ ਹਨ? ਕਿਸੇ ਧਰਮ ਨੇ ਗ੍ਰੰਥ ਨੂੰ ਗੁਰੂ ਨਹੀਂ ਮੰਨਿਆ ਆਪਣੇ ਘਰ ਤੋਂ ਮਿਲੋ। ਲੇਕਿਨ ਆਪਾਂ ਇਹ ਦੇਖਣਾ ਬਈ ਜਿਹੜਾ ਦੇਹ ਨੂੰ ਗੁਰੂ ਮੰਨਦੇ ਆ, ਆਪਾਂ ਗਲਤ ਤਾਂ ਨੀ ਕਿਤੇ ਆਪਾਂ ਵੀ ਮੰਨ ਲਈਏ,
ਗੁਰੂ ਹਮੇਸ਼ਾ ਖਾਲਸਾ ਦੀ ਬੇਧਾਰੀ ਹੁੰਦਾ ਭਰਮ ਚੱਕ ਰਹੇ। ਜੇ ਮਾਤਾ ਤ੍ਰਿਪਤਾ ਦੀ ਪੁੱਖ ਦੁਆਰਾ ਦੇਹ ਨਾਨਾ ਧਾਰ ਦਾ ਨਿਰੰਕਾਰ ਤੇ ਗੁਰੂ ਸਮਝਿਆ ਕਿਵੇਂ ਦਿੰਦਾ? ਗੁਰੂ ਨਾਨਕ ਦੇਵ ਜੀ ਗੁਰੂ ਨੇ ਇਸੇ ਤਰ੍ਹਾਂ ਖਾਸ ਕਰਨ ਦੀ ਕੋਈ ਨੀ ਮੁਕਰਦਾ। ਆਪਣਾ ਕੋਲ ਤਨ ਵੀ ਹੈ ਤੇ ਮਨ ਵੀ। ਮਨ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤੇ ਤਨ ਦਾ ਗੁਰੂ ਹੈ ਬਈ। ਤਨ ਦੀਨਾ ਹੈ ਤੁਹਾਨੂੰ, ਲੇਕਿਨ ਮਨ ਦ੍ਰਿਸ਼ਟੀ ਗੋਚਰ ਨਹੀਂ ਹੈ। ਪੁੱਛੋ ਡਾਕਟਰਾਂ ਨੂੰ ਜਿਹੜੇ ਪ੍ਰੇਸ਼ਨ ਕਰਨ ਵਾਲੇ, ਉਹਨਾਂ ਨੂੰ ਮਨ ਕਦੇ ਲੱਭਿਆ ਪਿੱਛੋਂ? ਕਦੇ ਨਹੀਂ ਲੱਭਿਆ। ਜਿੱਥੇ ਦੋ ਤਰ੍ਹਾਂ ਦੇ ਬਾਦ ਹੁੰਦੇ ਆ, ਇੱਕ ਭੌਤਿਕ ਬਾਦ, ਇੱਕ ਅਧਿਆਤਮਕ ਬਾਦ। ਭੌਤਿਕ ਬਾਦ ਸਭ ਸੰਗ ਜੀ ਆ, ਦੁਨੀਆਂ ਯੂਨੀਵਰਸ ਫੰਡ ਸਭ ਭੌਤਿਕ ਬਾਦ ਹੀ ਹੈ। ਜਿੱਥੇ ਭੌਤਿਕ ਬਾਦ ਦਾ ਐਂਡ ਆ ਨਾ ਸਮਾਪਤੀ, ਉੱਥੇ ਅਧਿਆਤਮਕ ਬਾਦ ਆਰੰਭ ਹੁੰਦਾ। ਸਾਰੀ ਗੁਰਬਾਣੀ ਅਧਿਆਤਮਕ ਬਾਦ ਹੈ। ਕੀ ਕਸਨ ਹੈ ਖਾਲਸਾ ਜੀ? ਆਪਣਾ ਸਰੂਪ ਦੱਸਿਆ ਹੋਇਆ ਵੀ ਆਪਾਂ ਕੌਣ ਹਾਂ। ਨੇੜੇ ਤੋਂ ਨੇੜੇ ਆਪਣੇ ਕੋਲੇ ਸਾਰੇ ਨਹੀਂ ਬੈਠੇ, ਤਨ ਤੇ ਮਨ ਹੀ ਹੈ। ਇਹ ਤਾਂ ਆਪਣਾ ਹੁੰਦਾ ਕਹਿੰਦੇ ਜੀ ਮੈਂ ਮਨ ਨਹੀਂ। ਜੇ ਕਿ ਤੂੰ ਮਨ ਵਾ ਕਹਿੰਦਾ ਮੈਂ ਮਨ ਥੋੜਾ, ਮੇਰਾ ਮਨ ਹੈ। ਤੂੰ ਤਨ ਹਾਂ ਕਹਿੰਦਾ ਨਹੀਂ ਮੇਰਾ ਤਨ ਹੈ, ਤਨ ਥੋੜਾ ਮੈਂ ਮੂਰਖਤਾ ਇੰਨਾ ਫੋਟੋਆਂ ਖਿੱਚਦਾ ਰਹਿੰਦਾ ਮੇਰੀ ਫੋਟੋ ਕਹਿੰਦਾ। ਜਿਹੜੀ ਸਤਸੰਗ ਸਿੱਖਿਆ ਕਿਸੇ ਅਦਾਰੇ ਯੂਨੀਵਰਸਿਟੀ ਚ ਨਹੀਂ ਮਿਲੇਗੀ, ਉਹ ਸਿੱਖਿਆ ਖਾਲਸਾ ਜੀ ਅਮੋਲਕ ਇਸ ਧਰਮ ਵਿੱਚ ਪ੍ਰਾਪਤ ਹੋਈ। ਖਾਲਸਾ ਜੀ ਸਾਰੀ ਗੁਰਬਾਣੀ ਅਧਿਆਤਮਵਾਦ ਹੈ, ਆਪਣੇ ਸਰੂਪ ਨੂੰ ਜਾਣਦੀ ਹੈ। ਗੁਰਸਿੱਖਾ ਤੇਰਾ ਸਰੂਪ ਇਹੋ ਜਿਹਾ ਹੈ, ਉਹ ਜਿਹੜਾ ਅਸੀਂ ਤੇਰਾ ਸਰੂਪ ਆ, ਉੱਥੇ ਜਾਤ ਪਾਤ ਨਹੀਂ। ਜਿੱਥੇ ਦੇਹ ਦੇ ਸਹਿਤਰੀ ਹੋ ਫਿਰ ਉੱਥੇ ਜਾਤ ਪਾਤ ਹੈ। ਅੱਜ ਕੱਲ ਬੜਾ ਬਾਦ ਬਾਦ ਸਤਸੰਗੀ ਲੋਕ ਕਰਦੇ, ਲੇਕਿਨ ਇਹ ਨਹੀਂ ਪਤਾ ਦੇਹ ਦੇ ਆਸਰਾ ਜਗਨ ਪਾਤਰ ਕੋਟ ਕੋਲ ਵੱਧਦੇ। ਜੇ ਅਸੀਂ ਦੇਹੋਂ ਦਾ ਜਾਪ ਜਪਦੇ ਹਾਂ, ਸੋਹੋਂ ਦਾ ਨਹੀਂ ਜਪਦੇ। ਦੇਹ ਨੂੰ ਨਹੀਂ ਫਿਰਦੇ, ਅਸੀਂ ਦੇਹ ਹਾਂ ਕਹਿੰਦੇ। ਫਿਰ ਤੂੰ ਇਉਂ ਕਾਹਦੇ ਕਹਿਣਾ ਮੇਰੀ ਦੇਹ ਹੈ? ਖਾਲਸਾ ਜੀ ਤੂੰ ਆਪਣੇ ਸਰੂਪ ਨੂੰ ਜੇ ਪਛਾਣ ਲਈਏ ਤਾਂ ਵੈਸੇ ਕੋਈ ਦੂਰ ਨਹੀਂ ਹੈ। ਸਭ ਨੇ ਘੱਟੇ ਸਭ ਹੈ, ਸਭ ਨੂੰ ਘੱਟ ਨਾ ਕੋਈ। ਸਾਰਿਆਂ ਦੇ ਅੰਦਰ ਜਾਏ ਸਾਰੇ ਦੰਤਰ ਜੋਤੀ ਪੁਰਸ਼ ਉਹ ਪਰਮੇਸ਼ਰ ਸਾਹਿਬ ਜੀ ਸਾਰਿਆਂ ਦੇ ਹਿਰਦੇ ਚ ਵੱਸਦਾ। ਆਤਮਾ ਹੀ ਪਰਮਾਤਮਾ ਹੀ ਜੁੜਦੇ ਸਾ ਜੋਗਾ, ਆਤਮਾ ਪ੍ਰਾਤਮਾ ਇੱਕੋ ਕਰੈ, ਅੰਤਰ ਕੀ ਦੂਜਾ ਅੰਤਰ ਮਰੈ। ਐਸੀ ਸਿੱਖਿਆ ਆਪਾਂ ਇੱਥੇ ਗ੍ਰਹਿਣ ਕਰਕੇ ਉਹਦੇ ਤੇ ਸਤਸੰਗ ਜੀ ਇਲਮ ਅਮਲ ਤੋਂ ਬਿਨਾਂ ਬਿਪਤਾ ਪੜੋ ਕਦੇ ਨਾ। ਵੇਦ ਪੁਰਾਣ ਪੜੇ ਕੋ ਕਿਆ ਗੁਣ, ਹਰ ਚੰਦਰ ਜਸ ਭਾਰਾ, ਰਾਮ ਨਾਮ ਕੀ ਰਤਨੇ ਜਾਨੀ ਕਹਿਤੇ ਉਤਰਨ ਪਾਤਾ। ਵੇਦ ਸ਼ਾਸਤਰ ਪੜ੍ਹਦੇ ਬੜੇ ਬੜੇ ਸਤਸੰਗ ਜੀ ਸਾਖੀ ਆਰ ਬੜੇ ਬੜੇ ਧਰਮਾਂ ਤੇ ਬੜੇ ਅਦਾਰੇ ਹਨ ਵਿਦਿਆ ਦੇ, ਉੱਥੋਂ ਵਿਦਿਆ ਧਿਆਨ ਕਰਨੀ ਸਾਰੀ ਜ਼ਿੰਦਗੀ ਨਿਭਾ ਲਈ। ਲੇਕਿਨ ਖਾਲਸਾ ਜੀ ਜੇ ਆਪਣੇ ਸਰੂਪ ਦਾ ਨਹੀਂ ਪਤਾ ਲੱਗਿਆ, ਨਾਮ ਰਸ ਨਹੀਂ ਮਾਣਿਆ, ਤਾਂ ਗਲੇ ਤੇ ਚੰਦਨ ਦੀਆਂ ਲੱਕੜਾਂ ਲੱਗ ਲਈਏ, ਉਹ ਤਾਂ ਵਿਚਾਰਾ ਭਾਰ ਨਾਲ ਮਾਰ ਮਰ ਗਿਆ, ਉਹਨੇ ਸੁਗੰਧੀ ਤਾਂ ਲਈ ਨਹੀਂ। ਵੇਦ ਪੁਰਾਣ ਪੜੇ ਕੋ ਸਿਮਰੇ ਹਰ ਕੋ ਨਾਮਾ, ਜੇ ਵਿਦਵਾਨ ਮੁਕਤ ਹੋਣ ਅਨਪੜ੍ਹ ਵਿਚਾਰੇ ਕਿੱਧਰ ਨੂੰ ਜਾਣਗੇ? ਜਿਹਨਾਂ ਨੇ ਕਮਾਈ ਕਰਨੀ ਭਾਈ ਉਹ ਕਰਨਗੇ। ਇਹਨੂੰ ਪੜੋ ਜ਼ਰੂਰ, ਕਿਉਂ ਇਹਨੂੰ ਕਰਨ ਪੜ੍ਹਨ ਵਾਲਾ ਡੋਲਦਾ ਨਹੀਂ ਹੈ। ਜਿਹਨੂੰ ਪਤਾ ਕਿ ਇੰਨੇ ਕੁ ਰਸਤਾ ਹੈ, ਇਸ ਤਰ੍ਹਾਂ ਦਾ ਉੱਚਾ ਨੀਵਾਂ ਹੈ, ਉਹ ਡੋਲਦਾ ਨਹੀਂ। ਉਹਨੂੰ ਪਤਾ ਵੀ ਮੈਂ ਜਾਣਾ ਹੀ ਹੈ। ਜਿਹਨੂੰ ਨਹੀਂ ਪਤਾ ਰਸਤੇ ਚੱਲ ਪਿਆ, ਕਹਿੰਦਾ ਵੀ ਇਹ ਤਾਂ ਮੁੱਕਦਾ ਹੀ ਨਹੀਂ, ਕਿਤੇ ਡੇਰੇ ਜਾ ਕੇ ਨਾ ਮੁੜਿਆ ਆਵੇ, ਕੀ ਪਤਾ ਉਹਨੂੰ ਇਹ ਗਾਹਾਂ ਕਿਹਨੂੰ ਥੋੜਾ ਹੀ ਬਹੁਤ। ਇਸ ਕਰਕੇ ਖਾਲਸਾ ਜੀ ਗੁਰਬਾਣੀ ਹੈ ਜਿਹੜੀ ਸੰਗਤ ਦੇ ਆਸਰੇ ਆਪਾਂ ਨੂੰ ਬੋਧ ਦਿੰਦੀ ਹੈ ਕਿ ਭਗਤੀ ਦੇ ਮਾਰਗ ਤੇ ਆਪਾਂ ਚੱਲਣਾ। ਖਾਲਸਾ ਜੀ ਇਹ ਮਹਾਂਵਾਕ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਆਪਾਂ ਨੂੰ ਬਖਸ਼ਿਆ ਹੈ। ਭਾਵੇਂ ਗੜੀਬਾਗ ਵੀ ਕਥਾ ਚੱਲ ਰਿਹਾ, ਜਿਵੇਂ ਸਤਸੰਗ ਜੀ ਬੇਨਤੀ ਕੀਤੀ, ਮਿਸਰੀ ਦੀ ਰਲੀ ਨੂੰ ਪਾਈ ਕਿਸੇ ਪਾਸੇ ਰੱਖਣਾ, ਸਾਰੇ ਇੱਕੋ ਜਿਹੀ ਹੋਈ।
ਗੁਰਬਾਣੀ ਕੋਈ ਵੀ ਸ਼ਬਦ ਨਹੀਂ ਸ਼ਬਦ ਵਿਚਾਰਦੀ ਹੈ, ਉਹ ਸਿੱਖੋ ਐਸੀ ਮਿਠਾਸ ਵਾਲੀ ਹੈ, ਜਨਮਾਂ ਜਨਮਾਂ ਦੇ ਦੁੱਖ ਰੂਪ ਕੜੱਤਰ ਨੂੰ ਚੱਕ ਕੇ ਰੱਖ ਲੈਂਦੀ ਹੈ। ਜਿਸ ਪ੍ਰਕਾਰ ਸੱਚੇ ਪਾਤਸ਼ਾਹ ਉਪਦੇਸ਼ ਦੇ ਰਹੇ ਨੇ, ਇਹ ਸੋਚ ਰਾਗ ਦੀ ਬਾਹਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਹਾਂਵਾਕ ਹੈ। ਆਪਾਂ ਬੱਚਿਆਂ ਨੂੰ ਸਾਗਰ ਕਰਕੇ ਸੁਣੀਏ, ਹੇ ਮਹਾਰਾਜ ਕਿਰਪਾ ਦੇਖੀ ਕਰੋ, ਮਨ ਬਖਸ਼ਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਅਖੈਨੀ, ਇਹ ਬਾਤ ਬੜੀ ਕਠਿਨ ਹੈ। ਮਨ ਦੀ ਮਤ ਛੱਡਣੀ, ਕਹਿੰਦਾ ਜੋ ਮੈਂ ਮੇਰਾ ਮਨ ਕਹਿੰਦਾ ਉਹ ਸਹੀ ਹੈ, ਲੇਕਿਨ ਜਿੰਨਾ ਚਿਰ ਆਪਣੇ ਮਤ ਨਹੀਂ ਛੱਡਦੇ ਉਹਨੇ ਚਿਰ ਗੁਰਮਤਿ ਨਹੀਂ ਸਤਸੰਗ ਜੀ ਨੇੜੇ। ਨਾਲ ਹੀ ਪ੍ਰਮਾਣ ਪਰਜੇ ਨਿੰਦਰਾ ਸਤਰਕ ਸਿਮਰਤੀ, ਇਹ ਪੰਜ ਵਿਰਤੀਆਂ ਨੇ ਸਾਰਿਆਂ ਦੇ ਅੰਦਰ, ਜੇ ਇਹਨਾਂ ਪੰਜਾਂ ਨੂੰ ਨਾ ਰੋਕੀਏ ਤਾਂ ਸਰੋਤੇ ਨਹੀਂ ਬਣਿਆ ਜਾਂਦਾ, ਬਖਤੇ ਨੂੰ ਤਾਂ ਬਣਨਾ ਹੀ। ਪ੍ਰਮਾਣ ਆਏ ਹਾਂ ਦਰਬਾਰ ਤੇ, ਇੱਧਰੋਂ ਦੇਖੀ ਜਾਣਾ ਵੀ ਕਿੰਨੇ ਕੁ ਸੋਹਣੇ ਨੇ, ਕਿਸ ਤਰ੍ਹਾਂ ਬਣਾਇਆ, ਇਹ ਤਾਂ ਬਣਦੇ ਹੀ ਰਹਿਣੇ ਆ, ਬੜੀਆਂ ਬਿੰਡਗਾਂ ਬਣੀਆਂ। ਤੂੰ ਜਿਹੜੇ ਆਇਆ ਦੋ ਮਿੰਟ ਬੈਠਣ, ਤੂੰ ਸ਼ਬਦ ਵੱਲ ਤਾਂ ਬਿਰਤੀ ਜ਼ਰੂਰ ਦੱਸ। ਇਹਨੂੰ ਪ੍ਰਮਾਣ ਬਿਰਤੀ ਕਹਿੰਦੇ, ਰੋਕੀ ਨਹੀਂ। ਪ੍ਰਮਾਣ ਪਰ ਜੇ ਇੱਕ ਦੂਜੇ ਦੇ ਵਾਕਫ ਵੀ ਹੋਈ ਦਾ, ਪਰਸੋਂ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹਨਾਂ ਆਹ ਵੀ ਭਗਤ ਬਣਿਆ ਬੈਠਾ, ਤੈਂ ਕੀ ਰਹਿਣਾ ਹੈ ਭਗਤ, ਚਾਹੇ ਕੋਈ ਹੈ, ਤੂੰ ਤਾਂ ਸ਼ਬਦ ਜੋੜਦਾ, ਤੂੰ ਉਹਦੇ ਉਗਲ ਕੇ ਦੇਖੀ ਜਾਂਦਾ ਉਹਨੂੰ ਦੇਖ ਕੇ। ਇਹਨੂੰ ਪਰਜੇ ਬਿਰਤੀ ਕਹਿੰਦੇ, ਪ੍ਰਮਾਣ ਪਰਜੇ ਨਿੰਦਰਾ, ਜਿੰਨਾ ਮਰਜੀ ਸੁਣ ਕੇ ਆ ਜਾਓ ਇੱਥੇ ਆ ਕੇ ਸਤਸੰਗ ਜੀ ਦੀ ਆ ਜਾਣੀ ਹੈ, ਸਾਵਧਾਨ ਇਕਾਗਰ ਸੀ, ਇਹ ਨਿੰਦਰਾ ਰੁਕਣੀ ਪਵੇਗੀ। ਸੰਕਲਪ ਵੀ ਕੀ ਸੋਹਣਾ, ਰਾਗੀ ਸਿੰਘਾਂ ਦਾ ਕੀਰਤਨ ਕੀਤਾ, ਜੇ ਮੈਨੂੰ ਆ ਜਾਣ ਤਾਂ ਚੰਗਾ ਹੀ ਹੈ, ਲੋਕ ਮੈਨੂੰ ਵੀ ਮੱਥਾ ਟੇਕਣ, ਫਿਰ ਮੈਨੂੰ ਵੀ ਇਹ ਫੁਰਨੇ ਕਰੀ ਜਾਣੇ ਬੈਠੇ ਨੇ। ਤੂੰ ਸਿੱਖ ਲਈ ਕੋਈ ਬਸ ਚੰਗੀ ਕਰਨੀ ਹੈ, ਪਰ ਹੁਣ ਤਾਂ ਤੂੰ ਸ਼ਬਦ ਰਾਜੂ ਸਿੰਘਾਂ ਦਾ ਸੁਣ ਲਾ, ਹੁਣ ਕਾਹਨੂੰ ਇਹੋ ਜਿਹੇ ਫੁਰਨੇ ਕਰੀ ਜਾਣਾ, ਪਰ ਫੁਰਨਾ ਉਹਨਾਂ ਚਲੀ ਜਾਂਦੇ ਬੈਠਾ, ਫਿਰ ਕਿਹਨੇ ਸਿੱਖਣਾ ਜਾਂਦਾ। ਸਿਮਰਤੀ ਪਿੱਛੇ ਸਤਸੰਗ ਜੀ ਘਰ ਨੂੰ ਚੇਤੇ ਕਰੇ, ਭੋਗ ਹੀ ਨੀ ਪੈਂਦਾ, ਪੁਰਾਣਾ ਕੰਮ ਕਰਨ ਵਾਲਾ, ਪੁਰਾਣੇ ਥਾਂ ਵੀ ਜਵਾਨ ਹੁੰਦੇ ਸੀ ਉੱਥੇ ਦੇਖੇ, ਉਹ ਪਿੱਛੇ ਚਿੱਤ ਵੀ ਜਾਣਾ, ਇਹ ਵੀ ਗਲਤੀ ਹੈ ਸਿਮਰਤੀ ਕਰ। ਪੰਜ ਵਿਰਤੀਆਂ ਮਨ ਦੀਆਂ ਜਿੰਨਾ ਚਿਰ ਨਹੀਂ ਰੋਕਾਂਗੇ, ਉਨਾ ਚਿਰ ਸਤਸਾ ਜੀ ਸਰੋਤੇ ਨਹੀਂ ਮਿਲਿਆ। ਇਹਨਾਂ ਨੂੰ ਸਤਸੰਗ ਜੀ ਵਿਰੋਧ ਕਰਕੇ ਉਸ ਵੇਲੇ ਗੁਰੂ ਕੀ ਸ਼ਬਦ ਦੇ ਸਤਸੰਗ ਜੀ ਜੋ ਵੀ ਸਨਾਤ ਸਿੱਖਿਆ ਹੈ ਇਹਦੇ ਚ ਵਿਅਕਤੀ ਨੂੰ ਜੋੜੀਦਾ ਹੈ। ਸੋ ਆਪ ਜੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਦੇਖੀ ਕਰਕੇ ਉਪਦੇਸ਼ ਦਿੰਦੇ ਸਨ। ਸਲੋਕ ਮਹੱਲਾ ਤੀਜਾ। ਸਲੋਕ ਸਤਸੰਗ ਜੀ ਸ਼ਬਦ ਦਾ ਨਾਮ ਵੀ ਹੈ, ਸਵੈ ਲੋਕ ਦੀ ਪ੍ਰਾਪਤੀ ਦਾ ਜਿਹਦੇ ਚ ਉਪਦੇਸ਼ ਦੇ ਪੋਵੇ ਉਹਨੂੰ ਸਲੋਕ ਕਹਿੰਦੇ। ਸਵੈ ਕਹਿੰਦੇ ਆਪਣਾ, ਆਪਣਾ ਲੋਕ ਕਿਹੜਾ ਖਾਲਸਾ ਜੀ, ਆਏ ਆ ਰੋਜੀ ਵਾਸਤੇ, ਪੇਟ ਦੀ ਵਾਸਤੇ, ਅੱਜ ਪ੍ਰਦੇਸ਼ ਚ ਬੈਠੇ ਆ, ਰਾਤੀ ਘੱਟ ਜੇ ਦੇਖੋ ਫਿਰ ਜਹਾਜ਼ ਚ ਜਗ੍ਹਾ ਨੀ ਮਿਲਣੀ ਮੁੜਨ ਵਾਸਤੇ। ਇਹ ਆਪਣਾ ਲੋਕ ਨਹੀਂ, ਮਨ ਪ੍ਰਦੇਸ਼ੀ ਦੇਸੀ ਹੈ, ਸਭ ਦੇਸ ਪਰ ਆਇਆ, ਕਿਸ ਪੈ ਖੁੱਲੋ ਘੱਟ ਨਹੀਂ ਦੁਖੀ ਪਰ ਆਪਾਂ ਪ੍ਰਦੇਸ਼ੀ ਹਾਂ, ਖਾਲਸਾ ਜੀ ਆਪਣਾ ਦੇਸ ਸੱਚ ਖੰਡ ਹੈ। ਅਸਲ ਉਹ ਜਗ੍ਹਾ ਆਪਣੀ ਹੁੰਦੀ ਹੈ ਜਿੱਥੋਂ ਫਿਰ ਮੁੜ ਕੇ ਬਾਹਰ ਨਹੀਂ ਨਿਕਲੀ ਦਾ, ਆਪਣੇ ਘਰੋਂ ਨੂੰ ਕਹਿੰਦਾ ਵੀ ਹੁਣ ਆਪਣੇ ਘਰਾਂ ਮੈਨੂੰ ਕੱਢ ਨਹੀਂ ਸਕਦਾ ਕੋਈ, ਕਿਰਾਏ ਤੇ ਕੱਢ ਵੀ ਸਕਦੇ ਆ। ਆਪਣਾ ਗੁਰੂ ਕੇ ਸਿੱਖ ਦਾ ਘਰ ਕਿਹੜਾ ਖਾਲਸਾ ਜੀ, ਨਾ ਸਿਰ ਸ਼ਕਤੀ ਜਨ ਨਹੀਂ ਪਵਨਾ, ਤਹਿ ਕਾਰ ਨਹੀਂ ਵੇਦਨੀ, ਸਤਗੁਰ ਜੋਗ ਕਰ ਤਹਾਂ ਨਿਵਾਸਾ, ਜੇ ਅਮਰ ਨਾਥ ਅਗਮ ਧਨੀ, ਜਿੱਥੇ ਗੁਰੂ ਦਾ ਨਿਵਾਸ ਹੈ ਉਹ ਆਪਣਾ ਘਰ ਦਾ, ਜੇ ਘਰ ਆਪ ਜਾਤੇ ਹੋ ਹਟਕੇ ਨਾ ਹੀ ਹੋਏ, ਸੋ ਦਰ ਕੈਸੇ ਛੋਟੀ ਹੈ ਜੋ ਦਰ ਐਸਾ ਹੋਏ, ਜੇ ਧੋਖਾ ਬੰਨਣਾ ਹੋਵੇ ਐਸ ਘਰ ਚ ਕਿਸੇ ਨੂੰ ਧੱਕਾ ਨੀ ਮਿਲਦਾ। ਖਾਲਸਾ ਜੀ ਸਾਰੀ ਜ਼ਿੰਦਗੀ ਗ੍ਰਿਸ਼ਤੀ ਬੱਚਿਆਂ ਨੂੰ ਪਾਲਦਾ, ਬਿਰਧ ਅਵਸਥਾ ਚ ਬਹਿ ਜਾਂਦੇ, ਇੱਥੇ ਦਰਦੇ ਤੋਂ ਕਿਤੇ ਹਟਾਈ ਜਾਈ, ਬਰਾਦਰ ਹੋਣ ਲੱਗ ਜਾਂਦਾ ਕਦੇ, ਪਰ
ਇੱਥੇ ਨਾ ਕੋਈ ਰੇਰੇ ਦਰਗਾਹ ਕਹਿ ਨਾ ਕੋਈ ਇਸ ਦਰਗਾਹ ਚ ਕੋਈ ਰੇਰੇ ਆਓ ਜੀ ਜੀ ਆਇਆਂ ਨੂੰ ਆਉਂਦੇ ਤੈਨੂੰ ਮਿੱਠੇ ਧਰਤੇ ਨੀ ਮਿੱਠੇ ਬਚਨ ਬੋਲਦੇ ਘਰਦੇ ਕਦੇ ਬੋਲੇ ਨੇ ਇਸ ਤਰ੍ਹਾਂ ਆਪਾਂ ਨੂੰ ਫਰਕ ਪੈ ਜੀ ਇਹ ਗੁਰੂ ਨਾਨਕ ਦੇਵ ਦਾ ਆਪਣਾ ਘਰ ਹੈ ਅਸਲ ਸਤਸੰਗ ਜੀ ਇਹ ਘਰ ਆਪਣਾ ਹੈ ਐਸਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਘਰ ਹਰ ਅਨੰਤ ਸੋਗ ਨਹੀਂ ਪੀਆ ਸੋ ਕਰ ਗੁਰੂ ਨਾਨਕ ਤੋਂ ਜੀਆ ਉਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਜਿੱਥੇ ਪੁੱਛੇ ਪੁੱਛਿਆ ਸੋਗ ਦਾ ਨਾਂ ਵੀ ਨਹੀਂ ਹੈ ਜਿੱਥੋਂ ਕੌਣ ਨੀ ਉੱਥੇ ਰਹਿਣਾ ਚਾਹੁੰਦਾ ਘਰ ਸੋ ਉਹ ਘਰ ਦੀ ਪ੍ਰਾਪਤੀ ਵਾਸਤੇ ਸਤਸ਼ਾਹ ਜੀ ਆ ਮਹਾਰਾਜ ਸਿੱਖਿਆ ਦੇ ਰਹੇ ਦੂਜੇ ਮਾਤ ਲੋਕ ਦੇ ਅੰਦਰ ਮਾਨਸ ਦੇ ਹੀ ਲੈ ਕੇ ਆਏ ਬੁੱਧੋ ਆ ਮਾਤ ਲੋਕ ਹੈ ਸਭ ਨਾਲ ਸਹੁਰੇ ਬੰਦਣਾ ਸਾਨੂੰ ਖਿਲਾਬ ਨਹਾਰ ਧੰਨ ਸੋ ਨਾਨਕ ਧੰਨ ਸੋ ਅਗਨੀ ਜਿਨ ਸਹਿ ਨਾਮ ਪਿਆ ਆਪ ਦੇਸ਼ ਲੈ ਕੇ ਉਹ ਪ੍ਰਾਪਤ ਹੋਵੇਗਾ ਘਰ ਜਿੱਥੇ ਸਤਸ਼ਾਹ ਜੀ ਮੁੜ ਕੇ ਆਵਾਗਮਨ ਵੀ ਹੋਵੇਗਾ ਨਹੀਂ ਤਾਂ ਜਿੰਨੇ ਚੁਰਾਸੀ ਲੱਖ ਜੂਨਾਂ ਦੇ ਦੇਹਾਂ ਤੇ ਘਰ ਹੀ ਨੇ ਐਸੇ ਘਰ ਹਮ ਬਹੁਤ ਬਹੁਤ ਆਏ ਜਬ ਹਮ ਰਾਮ ਗਰਭ ਹੋਇਆ ਹੈ ਇੱਕ ਦੁੱਖ ਰਾਮ ਰਾਜ ਕੇ ਪਰਟੋ ਮੇਰਾ ਅਗਨ ਦਹਿ ਗਰਭ ਮੇਰਾ ਐਸੇ ਮਾਤਾ ਘਰ ਨੂੰ ਸਾਨੂੰ ਪ੍ਰਾਪਤ ਸੋ ਪ੍ਰੇਮੀਓ ਆਪ ਸੱਚੇ ਪਾਤਸ਼ਾਹ ਸਲੋਕ ਕਹੀਏ ਸਵੈ ਲੋਕ ਦੀ ਪ੍ਰਾਪਤੀ ਆਪਣੇ ਲੋਕ ਦੇ ਆਪਣੇ ਦੇਸ਼ ਦੀ ਪ੍ਰਾਪਤੀ ਦੀ ਯੁਕਤੀ ਆਪਣੇ ਦੇਸ਼ ਵਿੱਚ ਵਸਣ ਵਾਸਤੇ ਕੀ ਸਾਧਨ ਕਰਨੇ ਚਾਹੀਏ ਉਹ ਜਿਹੜੀ ਸਿੱਖਿਆ ਹੈ ਇਹ ਸਲੋਕ ਕਿਹਨੇ ਦਿੱਤੀ ਹੈ ਮਹਲਾ ਤੀਜਾ ਗੁਰੂ ਨਾਨਕ ਦੇਵ ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਬੱਲੇ ਅਮਰਦਾਸ ਗੁਣ ਤੇਰੇ ਤੇਰੀ ਉਤਮਾ ਤੇ ਦੋਹੇ ਬੋਲੇ ਆ ਗਏ ਇਹ ਮਹਾਰਾਜ ਆਪਣੇ ਦਾਤਾ ਨੂੰ ਅਮਰ ਪਦਵੀ ਦੇਣ ਵਾਲੇ ਨੂੰ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰੋ ਆਪ ਜੀ ਸਲੋਕ ਉਚਾਰਦੇ ਹੈ ਅਸਤੀ ਸਿਰ ਜਿਉ ਅੰਕਸ਼ ਹੈ ਹਾਂ ਕੈਸੇ ਸਾਧਨ ਕਰਨੇ ਚਾਹੀਏ ਸਤਸੰਗ ਜੀ ਸਤਖੰਡ ਘਰ ਦੀ ਪ੍ਰਾਪਤੀ ਵਾਸਤੇ ਅਸਤੀ ਸਿਰ ਜਿਉ ਅੰਕਸ਼ ਹੈ ਇੰਨਾ ਆਗਿਆਕਾਰੀ ਹੋਣਾ ਚਾਹੀਏ ਜਿਵੇਂ ਹਾਥੀ ਆਪਣੇ ਕੁੰਡੇ ਦੀ ਆਗਿਆ ਚ ਰਹਿੰਦਾ ਹਾਥੀ ਸਭ ਤੋਂ ਜ਼ਿਆਦਾ ਬਲ ਹੁੰਦਾ ਇਹਦੀ ਪਰਵਾਹ ਹੈ ਲੇਕਿਨ ਸਿਰ ਦੇ ਉੱਤੇ ਮਹਾਵਤ ਬੈਠਾ ਉਹਦੇ ਹੱਥ ਵਿੱਚ ਕੁੰਡਾ ਉਹਦਾ ਧਿਆਨ ਹਰ ਵੇਲੇ ਕੁੰਡੇ ਵਿੱਚ ਰਹਿੰਦਾ ਕਿ ਹੁਣ ਵੀ ਮੇਰੇ ਸਿਰ ਚ ਵੱਜਾ ਮਾੜੀ ਜਿਹੀ ਆਵਾਜ਼ ਦੇਵੇ ਜਦੇ ਦੂਜੇ ਪਾਸੇ ਤੁਰ ਪੈਂਦਾ ਜਿਵੇਂ ਖਾਲਸਾ ਜੀ ਹਾਥੀ ਦੇ ਸਿਰ ਦੇ ਉੱਤੇ ਉਹਦਾ ਮਹਾਵਤ ਬੈਠਾ ਕੁੰਡਾ ਪਕੜੀ ਉਹਦੇ ਅਧੀਨ ਹੈ ਹਾਥੀ ਦਾ ਮਹਾਬਲੀ ਇਸੇ ਤਰ੍ਹਾਂ ਜਿਹੜਾ ਗੁਰੂ ਸਾਹਿਬ ਦਾ ਹੁਕਮ ਹੈ ਖਾਲਸਾ ਜੀ ਜਿਵੇਂ ਹਾਥੀ ਵਾਸਤੇ ਕੁੰਡਾ ਸਾਡੇ ਵਾਸਤੇ ਹੁਕਮ ਹੈ ਧੰਨ ਗੁਰਮੁਖ ਨੇ ਜਿਹਨਾਂ ਨੇ ਭਾਈ ਹੁਕਮ ਮੰਨਿਆ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਫਸਲੇ ਦਾ ਮਹਿਲ ਪਾਇਆ ਸੀ ਫਿਰ ਸਤਗੁਰੂ ਦਾ ਮਹਿਲ ਮਿਲਦਾ ਜਿਵੇਂ ਹਾਥੀ ਸਾਹਿਬ ਸਮਝੀ ਕੁੰਡੇ ਦੇ ਅਧੀਨ ਆਗਿਆਕਾਰੀ ਹੈ ਹਾਂਜੀ ਆਗਿਆ ਕਿਸ ਤਰ੍ਹਾਂ ਦੀ ਹੈ ਆਗਿਆ ਦੀ ਵਰਾਇਟੀ ਦੱਸ ਰਹੇ ਹੈ ਹਰ ਸਤਸੰਗ ਜੀ ਉਹ ਦੋਹੇ ਦੇ ਟੁਕੜੇ ਦਾ ਨਾਂ ਹੈ ਜਿਹਦੇ ਉੱਤੇ ਮਿਸਤਰੀ ਵਿਹਾਰ ਆਦਿਕ ਉੱਤੇ ਸਤਸੰਗ ਜੀ ਗਰਮ ਗਰਮ ਲੋਹਾ ਰੱਖ ਕੇ ਕੁੱਟਦੇ ਹੈ ਉਹ ਹਿਲਦੀ ਨਹੀਂ ਹੈ ਜੇ ਹਿਲਦੇ ਤਾਂ ਉਹ ਕਾਮਯਾਬ ਨਹੀਂ ਹੈ ਜਿਵੇਂ ਉਹਨੇ ਵਿਚਾਰੀਆਂ ਸਿਰ ਦਿੱਤਾ ਉਹਨੇ ਕਿਹਾ ਦਿੱਤਾ ਲੋਹਾ ਮੇਰੇ ਤੇ ਜੋ ਲੱਗਦਾ ਐ ਸਤਸੰਗ ਜੀ ਸੇਵਾ ਕਰਨੀ ਚਾਹੀਏ ਐ ਸਤਸੰਗ ਜੀ ਜਿਵੇਂ ਹੁਣ ਉਹਨੇ ਸਿਰ ਦਿੱਤਾ ਹੈ ਐ ਖਾਲਸਾ ਜੀ ਗੁਰੂ ਕਾ ਸਿੱਖ ਸ਼ੀਸ ਅਰਪਦਾ ਹੈ ਇੱਥੇ ਆਈਏ ਆਪ ਜੀ ਕੀ ਕਹਿੰਦੇ ਹੈ ਪਹਿਲਾਂ ਮਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ ਇਹ ਸਤਿਗੁਰਾਂ ਦੀ ਆਵਾਜ਼ ਹੈ ਸਾਡੇ ਪਾਸ ਭਾਈ ਤਾਂ ਆਈ ਆਪਾਂ ਇਹ ਮੰਨ ਕੇ ਆਏ ਪਹਿਲਾਂ ਮਨ ਕਬੂਲ ਕਰਕੇ ਆਏ ਆ ਕਿ ਮਨ ਤੋਂ ਡਰਦੇ ਆਏ ਹੋਰ ਸਭ ਨਾ ਕੀ ਦੇਣਗਾ ਆ ਜਿਹੜੀ ਸਾਡੀ ਸੰਗਤ ਬੈਠੀ ਹੈ ਇਹਨਾਂ ਤੋਂ ਚੰਗਾ ਬਣ ਕੇ ਰਾਜੀ ਕਹਿੰਦੇ ਇੱਥੇ ਇਹਨਾਂ ਦੀ ਧੂੜੀ ਬਣ ਕੇ ਆਈ ਤਾਂ ਸਾਡੇ ਕੋਲੇ ਆਏ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਜਿਉਣ ਦੀ ਆਸਾ ਛੱਡੀ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਖਾਲਸਾ ਜੀ ਅਹਿਰਨ ਜੋ ਸਿਰ ਦੇ ਜਿਵੇਂ ਅਹਿਰਨ ਅਚਲ ਹੈ ਭਾਈ ਮੀਆਂ ਜੀ ਜੈਸੇ ਕੀ ਕਹੀਏ ਖਾਲਸਾ ਜੀ ਭਾਈ ਮੰਝ ਜੈਸੇ ਖੂਹਾਂ ਚ ਡਿੱਗ ਪਏ ਸੇਵਾ ਕੀਤੀ
ਜਿਹੜੇ ਹਰ ਜਾਈਏ ਉਹਨਾਂ ਗੁਰੂ ਸਾਹਿਬ ਸੇਵਕ ਮਾਨ ਮਾਨ ਮੰਗੇ ਤੂੰ ਸੇਵਕ ਨਾਲੀ ਜਿਹਦੇ ਅੰਦਰ ਹੰਕਾਰ ਹੈ ਗੁਣਾਂ ਦਾ ਭਗਵਾਨ ਹੈ ਸਰੂਪ ਦਾ ਉਹ ਸੇਵਕ ਨਹੀਂ ਬਣ ਸਕਦਾ। ਭਾਈ ਮੀਹਾ ਜੀ ਨੇ ਜੋ ਰਾਤੀ ਨੇ ਭੇਜਦੇ ਕੁਸ਼ਚਨ ਸਨ ਨਵੇਂ ਪਾਤਸ਼ਾਹ ਦੇ ਟਾਈਮ ਇਸ ਗੁਰੂ ਘਰ ਵਿੱਚ ਜਲਟ ਹੋਇਆ ਜਿਹੜੇ ਸੱਤ ਨਹੀਂ ਗਾਗਰ ਨਾਲ ਜਲਟ ਹੁੰਦੇ ਸਿਰ ਦੇ ਸੱਤ ਧੱਸ ਕੇ ਵਿੱਚ ਜ਼ਖਮ ਹੋ ਗਿਆ ਉਹਦੇ ਵਿੱਚ ਸੱਤ ਜੀ ਦੇਖ ਲੋ ਆਪਾਂ ਤਾਂ ਕਹਿੰਦੇ ਕਿਉਂ ਕੀੜੇ ਕਹਿੰਦੇ ਨੇ ਕਹਿੰਦੇ ਸੱਤ ਤੇਰੇ ਸਿਰ ਚ ਜਾਂਦੀ ਪਈ ਇਹਨੂੰ ਜਸਵੇ ਲੱਗਾ ਠੀਕ ਕਰਨ ਪਾਣੀ ਵੱਡੇ ਮੱਠ ਚ ਪਾ ਕੇ ਉਹ ਜਿਹੜੀਆਂ ਸੁਣੀਆਂ ਸੀ ਵਿੱਚੋਂ ਸੱਤ ਇਹਨੂੰ ਦੇ ਨਾਲ ਲੱਗ ਕੇ ਥੱਲੇ ਡਿੱਗੀਆਂ ਭਾਈ ਮੀਹਾਂ ਜੀ ਸਿਰ ਚ ਪਾਉਣ ਲੱਗ ਗਏ ਦੁਬਾਰਾ ਉਹਨਾਂ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਾਤਾ ਦੇਖ ਰਹੇ ਸੀ ਇੱਥੋਂ ਧਾਮ ਸਾਹਿਬ ਦਾ ਉਸਤਾਦ ਲੱਭ ਜਿਸ ਵੇਲੇ ਦੇਖਿਆ ਮਾਤਾ ਜੀ ਨੇ ਬੜੀ ਦਇਆ ਆਈ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿੰਦੇ ਹੇ ਪੁੱਤਰ ਆਹ ਸਿੱਖ ਜਿਹੜੇ ਸੇਵਾ ਕਰਦੇ ਹੈ ਇਹਨਾਂ ਪਰ ਧਿਆਨ ਨਹੀਂ ਹੈ ਗੁਰੂ ਤੇਗ ਬਹਾਦਰ ਜੀ ਕਹਿੰਦੇ ਮਾਤਾ ਜੀ ਸਾਡਾ ਇਕੱਠੇ ਪੈਰੀ ਇਹਨਾਂ ਵੱਲ ਧਿਆਨ ਰਹਿੰਦਾ ਜੀ ਕਹਿੰਦੇ ਆ ਸਿੱਖ ਅੱਜ ਇਹਦੇ ਸਿਰ ਦੇ ਵਿੱਚ ਦੇਖੋ ਜਾਂਦਾ ਬੁਲਾਇਆ ਧੰਨ ਗੁਰੂ ਕੇ ਸਿੱਖ ਗੁਰੂ ਤੇਗ ਬਹਾਦਰ ਸਿੰਘ ਜੀ ਕਹਿੰਦੇ ਭਾਈ ਮੀਹਾਂ ਜੀ ਤੂੰ ਪ੍ਰਵਾਹ ਨਹੀਂ ਕੀਤੀ ਗੁਰੂ ਘਰ ਪਾਣੀ ਢੋਇਆ ਕੀ ਇੱਛਾ ਤੇਰੀ ਸਿਰ ਚ ਜਖਮ ਹੋ ਗਈ ਕਹਿੰਦਾ ਮਹਾਰਾਜ ਕੋਈ ਇੱਛਾ ਹੋਰ ਨੀ ਮੇਰੀ ਆ ਜਿਹੜੇ ਮੇਰੇ ਸਰੀਰ ਵਿੱਚ ਉੱਤੇ ਜੀਵ ਆਏ ਨਾ ਕਰਮ ਇਹਨਾਂ ਦੀ ਕਲਿਆਣ ਇਹਨਾਂ ਦਾ ਵੀ ਮੇਰੇ ਨਾਲ ਸੰਬੰਧ ਹੈ ਮੇਰੇ ਹੁਣ ਤੋਂ ਹੀ ਬਣੇ ਨੇ ਇਹਨਾਂ ਦੀ ਆਪਣੇ ਵਾਸਤੇ ਕੁਛ ਨੀ ਮੰਗਿਆ ਸਤਿਗੁਰੂ ਕਹਿੰਦੇ ਮਹਾਰਾਜ ਕਹਿੰਦਾ ਕਹਿੰਦੇ ਮਹਾਰਾਜ ਇਹੀ ਕਿਰਪਾ ਕਰ ਦਿਓ ਮੇਰੀ ਮਹਾਰਾਜ ਕਹਿੰਦੇ ਅੱਛਾ ਜਖਮ ਰਾਜੀ ਹੋ ਜੂ ਇਹ ਜਿਹੜੇ ਜਿੰਨੇ ਕਰਮ ਨੇ ਇਸ ਇਲਾਕੇ ਚ ਮਾਨਸ ਦੇ ਹੀ ਰਹਿਣਗੇ ਮਾਨਸ ਦੇ ਹੀ ਲੈ ਕੇ ਤੇਰੇ ਸੇਵਕ ਬਣਗੇ ਤੂੰ ਇੱਥੇ ਹੀ ਰਹੀ ਸਾਰੀ ਜ਼ਿੰਦਗੀ ਸੇਵਾ ਕਰੀ ਇਸ ਦਰਬਾਰ ਚ ਇਹਨਾਂ ਦੀ ਵੀ ਨਾਲ ਹੀ ਕਲਿਆਣ ਹੋ ਜਾਊਗਾ ਇਹਨੂੰ ਕਹਿੰਦਾ ਮਹਿਰ ਜਨ ਤੂੰ ਦੇ ਐਂ ਸਰ ਸਬਜ਼ੀ ਸੇਵਾ ਕਰਨੀ ਬੜੀ ਔਖੀ ਹੈ ਜਿਹਨਾਂ ਨੇ ਇਸ ਤਰ੍ਹਾਂ ਸੇਵਾ ਕੀਤੀ ਹੈ ਔਰ ਜਿਵੇਂ ਕੁੰਡੇ ਦੇ ਅਧੀਨ ਆਗਿਆਕਾਰੀ ਬੜਾ ਭਾਰੀ ਮਹਾਂਬਲੀ ਹਾਥੀ ਹੈ ਐਂ ਆਗਿਆਕਾਰੀ ਰਹੇ ਨੇ ਸੱਤ ਜੀ ਜਿਹੜੇ ਗੁਰੂ ਕੀ ਆਗਿਆ ਮੰਨੀ ਹੈ ਮਨ ਐਨ ਜੋ ਸਰਦੇ ਅੱਗੇ ਮਨ ਤਾਨੀ ਆਗਿਆ ਰਾਖ ਕੈ ਨਾਲ ਹੀ ਤਨ ਤਾਂ ਆਗਿਆ ਚ ਰੱਖਣਾ ਮਨ ਵੀ ਆਗਿਆ ਚ ਰੱਖਣਾ ਦੋਨੋ ਹੀ ਆਗਿਆ ਚ ਰੱਖਣਾ ਤਨ ਆਗਿਆ ਚ ਕੀ ਹੈ ਖਾਲਸਾ ਜੀ ਰਹਿਤ ਰਹਿਤ ਰੱਖਣੀ ਬਾਣੀ ਬਾਣਾ ਪੱਗ ਪਛਾਣੋ ਇੱਕ ਫੰਗਣਾ ਕਦੇ ਪੰਛੀ ਉੱਡਿਆ ਨਹੀਂ ਖੰਗ ਮਕੰਗ ਨੇ ਦੇ ਰਹਾ ਕਿੰਨਾ ਸਾਵੀ ਤੋਰ ਤਨ ਗਣਾਈ ਆਪਣੇ ਰਹਾ ਸੁਪਜਣ ਤੋਰ ਦੇਖ ਲੋ ਖਾਲਸਾ ਜੀ ਪੰਛੀ ਸਾਰੀ ਦੁਨੀਆਂ ਤੇ ਦੇਖਦੇ ਆ ਆਪਾਂ ਆਕਾਸ਼ ਵਿੱਚ ਉਡਾਰੀਆਂ ਮਾਰਦੇ ਦੇਖਦੇ ਦੇਖਣ ਹੰਸਾ ਸੇਤੀ ਚਿੱਤੋ ਲੱਤ ਕੁੱਕੜ ਦੀ ਉਡਾਰੀ ਉਡਾਰੀ ਕੁੱਕੜ ਵੀ ਲਾਉਂਦਾ ਕਿੱਥੇ ਬੈਠਦਾ ਖਾਲਸਾ ਜੀ ਲਿਆਦੂ ਵੀ ਤੇ ਜਾਂ ਕੋਠੇ ਤੇ ਸੋਹਣਾ ਤਾਂ ਬਹੁਤ ਹੈ ਲੇਕਿਨ ਹੰਸ ਦੇ ਬਰਾਬਰ ਨੀ ਹੰਸਾ ਨਸਾਂ ਡੀ ਜੀ ਤੂੰ ਪਹੁੰਚੇ ਜਿਹੜਾ ਹੰਸ ਉਡਾਰੀ ਲਾਉਂਦਾ ਖਾਲਸਾ ਜੀ ਖੋਲਦੀ ਉਹ ਤਾਂ ਨੀ ਸਾਰੇ ਪੰਛੀ ਲਾਉਂਦੇ ਆ ਗੁਰੂ ਕੇ ਸਤਸੰਗ ਜੀ ਇੱਕ ਹੰਸ ਹੁੰਦਾ ਕਿਉਂ ਹੰਸ ਨੇ ਖਾਲਸਾ ਜੀ ਇਹਨਾਂ ਦੇ ਕੋਲੇ ਉਹ ਖੰਭ ਨੇ ਖੰਭ ਵੱਖਰੇ ਵੱਖਰੇ ਨੇ ਨਾ ਕੁੱਕੜ ਦੇ ਖੰਭਾਂ ਚ ਇੰਨੀ ਸ਼ਕਤੀ ਹੈ ਵਾ ਕੋਠੇ ਤੱਕ ਦੀ ਲੇਕਿਨ ਹੰਸਾਂ ਦੇ ਖੰਭਾਂ ਵਿੱਚ ਪੰਜ ਪੰਜ ਸੌ ਕੋਟੀ ਹੁੰਦਾ ਖੰਭ ਉਹਨਾਂ ਦੇ ਵੀ ਖੰਭ ਉਹਨਾਂ ਦੇ ਵੀ ਮੱਕੜਾਂ ਦੇ ਵੀ ਖੰਗ ਹੈ ਹੀ ਜਿਵੇਂ ਤੱਕ ਜਾਂਦੇ ਇਸੇ ਤਰ੍ਹਾਂ ਆਪਣੇ ਖੰਗ ਕਿਹੜੇ ਨੇ ਕਹਿੰਦਾ ਆਪਾਂ ਝਾਤੀ ਮਾਰ ਲਈਏ ਆਪਣੇ ਖੰਗ ਸਾਥਣੀ ਵਿਧਨ ਖੇਦ ਖੰਭ ਲੱਗੇ ਹੋਏ ਵਿਧਨ ਖੇਦ ਖੰਭ ਕਹਿੰਦੇ ਨੇ ਚੰਗੇ ਮਾੜੇ ਕਰਮਾਂ ਨਖੇਦ ਕਰਮ ਨੇ ਜਿਹੜੇ ਇੱਕ ਉਹ ਖੰਗ ਨੇ ਇੱਕ ਜਿਹੜੇ ਸ਼ੁਭ ਕਰਮ ਕਰਦੇ ਆ ਉਹ ਇਹਨਾਂ ਦੁਆਰਾ ਆਪਾਂ ਉੱਡ ਕੇ ਕੋਈ ਨਰਕ ਨੂੰ ਜਾਂਦਾ ਕੋਈ ਸਵਰਗ ਨੂੰ ਜਾਂਦਾ ਲੇਕਿਨ ਗੁਰਮੁਖ ਨੇ ਸਤਸੰਗ ਜੀ ਬਰਾਗ ਤੇ ਵਿਵੇਕ ਦੇ ਖੰਭ ਜਦੋਂ ਡੱਗ ਜਾਂਦੇ ਆ ਕਹਿੰਦੇ ਵੀ ਸੰਗਤ ਨੂੰ ਬਰਾਣਾ ਉੜਿਆ ਹੀ ਜਾਂਦਾ ਭਾਵੇਂ ਤੁਰ ਕੇ ਆਵੇ ਚਾਰ ਆਉਂਦਾ ਹੁੰਦਾ ਕਹਿੰਦੇ ਵੀ ਉੜਿਆ ਹੀ ਆਉਂਦਾ
ਲੇਕਿਨ ਉਹਦੇ ਅੰਦਰ ਮਨ ਚ ਵਿਰਾਗ ਹੈ, ਵਿਵੇਕ ਹੈ। ਇਸੇ ਤਰ੍ਹਾਂ ਖਾਲਸਾ ਜੀ ਸਤਿਖੰਡ ਸਭ ਤੋਂ ਉੱਚਾ ਹੈ, ਉੱਥੇ ਜਾਣ ਵਾਸਤੇ ਸਤਿਖੰਡ ਹੰਸੀ ਜਾ ਸਕਦੇ। ਰੂੜੀ ਦੀ ਨਿਆਈ ਤਾਂ ਕੋਠੇ ਦੀ ਨਿਆਈ ਤਾਂ ਸਵਰਗ ਹੈ, ਹਾਦਸਾ ਸਵਰਗ ਤੇ ਨਹੀਂ ਜਾਂਦਾ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਫਰੀਦ ਚਰਨ ਕਮਾਰੇ ਆਤਮ ਚਾਤਾ ਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਵਾਰਾ, ਸਤਿਖੰਡ ਸਤਿਖੰਡ ਨੂੰ ਖਾਲਸਾ ਉਡਾਰੀ ਮਾਰਦਾ। ਹੇ ਮਹਾਰਾਜ, ਅਜੇ ਬਿਲਕੁਲ ਖੰਭ ਜਿਹੜੇ ਡਾ ਲਿਆ, ਸਾਨੂੰ ਆਪਣੇ ਖੰਭ ਦੇ ਦਿਓ। ਮਹਾਰਾਜ ਜੀ ਖਾਲਸਾ ਜੀ ਬਾਣਾ ਪਹਿਨਾਇਆ, ਖੰਭ ਲਾਇਆ ਆਪਣੇ ਨਾਲ ਹੀ, ਜਿੱਥੇ ਬਾਣੇ ਦਾ ਖੰਭ ਲਾਇਆ ਉੱਥੇ ਦੂਜਾ ਬਾਣੀ ਦਾ ਖੰਭ ਲਾਇਆ। ਜਿੱਥੋਂ ਬਾਣੀ ਆਈ ਕਿੱਥੋਂ ਹੈ, ਇਹ ਸਤਿਖੰਡ ਵਿੱਚੋਂ ਆਈ ਹੈ, ਇਹ ਉੱਥੇ ਹੀ ਆਪਾਂ ਨੂੰ ਲਿਜਾਵੇ। ਜਿਹੜਾ ਉੱਥੋਂ ਦਾ ਵਾਕਫ ਹੀ ਨਹੀਂ, ਉਹ ਆਪਾਂ ਨੂੰ ਲਿਜਾਵੇਗਾ, ਕਿਵੇਂ ਆਪਾਂ ਤਾਂ ਆਉਂਦੇ ਹਾਂ। ਇਸ ਕਰਕੇ ਖਾਲਸਾ ਜੀ ਆਪ ਜੀ ਕਹਿੰਦੇ ਹਨ, ਪੜੋ ਇਹੀ ਪੰਕਤੀ। ਮਨ ਤਾਨੇ ਆਗਿਆ ਰਾਖ ਕੈ, ਮਨ ਨੂੰ ਵੀ ਆਗਿਆ ਚ ਰੱਖਣਾ, ਤਨ ਨੂੰ ਵੀ ਆਗਿਆ ਚ ਰੱਖਣਾ, ਸਰੀਰ ਦਾ ਵੀ ਕੋਈ ਰੋਗ ਬਿਆਦਵੀ ਨਹੀਂ ਕਰਨੀ, ਬਾਣਾ ਸਪੂਰ ਰਹਿਣ ਦੀ ਰਹਿਤ ਰੱਖਣੀ ਹੈ। ਨਾ ਪੰਜਾਂ ਸਾਰਾਂ ਦੀ ਮਹਾਰਾਜ ਜੋ ਵਰਤੀ ਆ ਤੂੰ ਮਨ ਕੇ ਕਾਮ, ਲੇਕਿਨ ਮਨ ਨੂੰ ਵੀ ਆਗਿਆ ਚਲਾਉਣਾ, ਮਾੜੇ ਭਾੜੇ ਸੰਕਲਪਾਂ ਤੋਂ ਰੋਕ ਕੇ ਰੱਖਣਾ। ਇਹ ਕਿਵੇਂ ਸਮਝਾਂਗੇ ਜੀ? ਇਹ ਸਾਧਨ ਆਪਾਂ ਨੂੰ ਪ੍ਰਾਪਤ ਹੋਣਗੇ, ਆ ਸੰਗ ਦੇ ਆਸਰੇ ਹੋਣਗੇ। ਉਹ ਵੀ ਸੇਵ ਕਰੀ, ਸੇਵਾ ਉਪਾਸਨਾ ਕਿਵੇਂ ਕਰਨਾ? ਉਹ ਵੀ ਹੁੰਦਾ ਸਮੈਕ ਚਿੱਤ, ਮਨ ਨੂੰ ਇਕਾਗਰ ਕਰਕੇ ਖਾਲਸਾ ਜੀ ਜਿਹੜੀਆਂ ਵਿਰਤੀਆਂ ਆਪ ਨੂੰ ਦੱਸਾਈਆਂ ਨੇ ਉਹਨਾਂ ਤੋਂ ਰੋਕ ਕੇ ਮਨ ਨੂੰ ਸਤਸੰਗ ਜਿਹੜੀ ਸ਼ਬਦ ਵਿੱਚ ਜੋੜ ਦੇਣਾ, ਇਹਨੂੰ ਉਹ ਵੀ ਉਪਾਸਨਾ ਕਹਿੰਦੇ। ਉਹ ਵੀ ਸੇਵ ਕਰੇ, ਜੇ ਸਰੀਰ ਕਰਕੇ ਵੀ ਗੁਰੂ ਦਾ ਖਾਲਸਾ ਪਹਿਰਾ ਦਿੰਦਾ, ਦਸਵੇਂ ਪਾਤਸ਼ਾਹ ਦੇ ਪਾਸ ਗੁਰੂ ਕੇ ਸਿੰਘ ਸਾਹਿਬ ਤਾਂ ਹੋ ਕੇ ਪਹਿਰਾ ਦਿੰਦੇ ਕਰਦਾ ਜੀ। ਇੱਕ ਵੀ ਸੱਤ ਜਿਹੜੀ ਨਹੀਂ ਸੀ ਫਟਕਣ ਦਿੰਦੇ। ਆ ਜਿਹੜੇ ਬਾਡੀ ਗਾਰਡ ਬਣੇ, ਪੁੱਛੋ ਉਹਨਾਂ ਨੂੰ ਕਿੰਨੇ ਸਾਵਧਾਨ ਰਹਿੰਦੇ ਨੇ ਉਹ। ਇਹ ਗੁਰੂ ਕਰਦੇ ਜੀ, ਉਹ ਸਰੀਰ ਕਰਕੇ ਵੀ ਸੇਵਾ ਕਰਦੇ ਔਰ ਮਨ ਕਰਕੇ ਵੀ ਇਕਾਗਰ ਰੱਖਦੇ ਮਨ ਨੂੰ। ਇਉਂ ਗੁਰਮੁਖ ਆਪ ਨਿਵਾਰੀਐ, ਜੋਤੀ ਕੌਣ ਦੱਸੇਗਾ ਤੁਹਾਨੂੰ? ਗੁਰੂ ਅਮਰਦਾਸ ਜੀ, ਇਹਦੇ ਗੁਰਮੁਖ ਨੇ ਇੰਨੀ ਕਮਾਈ ਕਰਕੇ ਆਪ ਨਿਵਾਰੀ ਹੈ। ਆਪਾ ਭਾਵ ਹਮ ਇਹਨੂੰ ਨਿਵਿਰਤ ਕਰਕੇ ਰੱਖਦੇ ਨੇ, ਨਹੀਂ ਤਾਂ ਕਹਿੰਦਾ ਦੇਖਿਆ ਮੈਂ ਇੰਨੀ ਸੇਵਾ ਕੀਤੀ, ਇੱਥੇ ਮੈਂ ਇੰਨਾ ਦਾਨ ਕਰਕੇ ਆਇਆ। ਖਾਲਸਾ ਜੀ, ਮਾਇਆ ਪਰਮੇਸ਼ਰ ਦੀ ਹੈ ਆਪਣੇ ਆ ਬਈ? ਪਰਮੇਸ਼ਰ ਦੀ ਮਾਇਆ ਆਪਾਂ ਦਾਨ ਕਰਕੇ ਕਹਿੰਦੇ ਮੈਂ ਦਾਨ ਕੀਤੀ, ਇਹ ਤਾਂ ਨਿਆਂ ਨਹੀਂ ਹੈ। ਵਾਹਿਗੁਰੂ ਹੈ, ਉਹਦੀ ਮਾਇਆ ਹੈ, ਦੋ ਹੀ ਵਸਤੂਆਂ ਸੰਸਾਰ ਹੈ। ਮਾਇਆ ਦਾ ਸਰੂਪ ਸਤਜਲ ਦੁੱਖ ਰੂਪ ਹੈ, ਪਰਮੇਸ਼ਰ ਦਾ ਸਰੂਪ ਸਤ ਚੇਤ ਮਨ, ਦੋ ਹੀ ਵਰਤੀ। ਗੁਰਮੁਖ ਆਪ ਨਿਵਾਰੀ ਹੈ, ਆਪਾਂ ਭਾਵ ਨਿਵਿਰਤ ਕਰਕੇ ਗੁਰਮੁਖ ਆਪਣਾ ਜਨਮ ਨੂੰ ਸਫਲਾ ਕਰਦੇ ਹੈ। ਸਭ ਰਾਜ ਸ੍ਰੇਸ਼ਟ ਕਾਲੀ, ਗੁਰਮੁਖ ਨਾ ਪਿੱਛੇ ਕਰਨੇ ਵਾਲੇ ਮਗਰ ਮੈਂ ਵਜ਼ੀਰ ਬਣਾ, ਮੈਂ ਬਣਾ, ਸਾਰੀ ਸੇਠੀ ਦਾ ਰਾਜ ਸਰ ਕਰਦੇ ਸੀ। ਐ ਲੈ ਲੈ ਰਾਜ ਨਾ ਭੇਤ ਦਾ ਵੀ ਹੁੰਦਾ, ਆ ਸੇਠੀ ਦਾ ਭੇਤ ਆ ਜਾਂਦਾ ਹੈ। ਸੇਠੀ ਦਾ ਭੇਤ ਸਰਤਾਂ ਦੀ ਕੀ ਦੇ ਆਪਾਂ? ਆ ਸੇਠੀ ਜਿੰਨੇ ਤੱਤਾਂ ਦੀ ਸੇਠੀ ਬਣੀ ਹੋਈ ਹੈ, ਜਿੰਨੇ ਅਦਾਰੇ ਨੇ, ਜਿੱਥੇ ਜਿੱਥੇ ਕੋਈ ਇੰਜੀਨੀਅਰ ਬਣਿਆ ਹੋਇਆ, ਕੋਈ ਡਾਕਟਰ ਨੇ, ਉਹ ਭੇਤ ਲੈਂਦੇ ਨੇ। ਆ ਸਰੀਰ ਨੂੰ ਡਾਕਟਰ ਨੂੰ ਪੁੱਛੋ ਤੂੰ ਭੇਤ ਰਹਿ ਲਿਆ ਸਰੀਰ ਦਾ? ਕਹਿੰਦਾ ਜੀ ਮੈਂ ਤਾਂ ਸਦਾ ਦਿਲ ਦਾ ਹੀ ਸਰਜਨ। ਦੂਜਾ ਕਹਿੰਦਾ ਮੈਂ ਸਿਰ ਦਾ ਹਿੱਸੇ ਬੰਦੀ ਬੈਠੇ ਨੇ, ਲੇਕਿਨ ਸਾਰਾ ਸਰੀਰ ਦਾ ਹੀ ਭੇਤ ਦੇ ਰਿਹਾ, ਸੇਠੀ ਦਾ ਕਿਵੇਂ ਲੈਣਗੇ ਸਰ? ਗੁਰਮੁਖ ਆਪ ਨਿਵਾਰੀ ਹੈ, ਗੁਰਮੁਖਾਂ ਨੇ ਆ ਸੇਵਾ ਕਰਕੇ ਕਮਾਈ ਜੋ ਪਿਛਲੇ ਬਚਾਉਂਦੀ ਹੈ, ਇਹ ਕਮਾਈ ਕਰਕੇ ਤੂੰ ਰਾਜ ਸ੍ਰੇਸ਼ਟ ਕਰ ਰਹੇ। ਆ ਸ੍ਰੇਸ਼ਟੀ ਦਾ ਭੇਤ ਲਿਆ ਹੈ, ਕੀ ਭੇਤ ਲਿਆ ਹੈ? ਦਿਸ਼ਟ ਮਾਨ ਹੈ ਸਗਨ ਮਛੀਨਾ, ਦਿਸ਼ਟ ਅਦਿਸ਼ ਦੋ ਪਦਾਰਥ, ਦੋ ਹੀ ਪਦਾਰਥ ਨੇ, ਇੱਕ ਦੇਖਣ ਵਾਲਾ ਇੱਕ ਦਿਸਣ ਵਾਲਾ, ਔਰ ਦਿਸਣ ਵਾਲਾ ਮਿੱਥਿਆ ਹੈ, ਦੇਖਣ ਵਾਲਾ ਸੱਤ ਹੈ। ਸਿਧਾਂਤ ਹੈ ਗੁਰਮੁਖ ਮਿੱਥਿਆ ਵਸਤੂ ਕਿਹੜੀ ਹੈ? ਜਿਸੇ ਸਹੀ ਹੋਵੇ, ਝੂਠੀ ਹੁੰਦੀ ਹੈ, ਜਿੱਤੀ ਵੀ ਨਹੀਂ ਹੁੰਦੀ। ਮਿੱਥਿਆ ਵਸਤੂ ਉਹ ਹੈ ਜਿਵੇਂ ਭਰਮਤੀ ਹੈ, ਸਿਆਣੇ ਲੋਕਾਂ ਨੂੰ ਪਤਾ ਜੋ ਗਰਮੀ ਪੈਂਦੀ ਹੈ, ਇਹ ਹੁੰਦਾ ਜਿਵੇਂ ਛੜਕਦੇ ਤੇ ਜਲ ਹੁੰਦਾ,
ਉਹਨੂੰ ਮਿਰਗ ਦਿਸ਼ਾ ਜਦ ਕਹਿੰਦੇ ਆ ਉਹਦੇ ਨਾਲ ਕਿਸੇ ਨੇ ਖੇਤ ਸੰਜਿਆ ਕਰੇ, ਕਿਸੇ ਨੇ ਪਿਆਸ ਬੁਝਾਈ ਹੈ, ਜਲ ਜੀਦਾ ਹੈ ਨਹੀਂ। ਇਸੇ ਤਰ੍ਹਾਂ ਸੰਸਾਰ ਸਾਤਰੀ ਵਿਅਕਤੀ ਗੁਪਤਰ ਹੈ, ਇਹ ਅਗਿਆਨ ਕਾਲ ਵਿੱਚ ਪ੍ਰਤੀਤ ਹੋ ਰਿਹਾ, ਗਿਆਨ ਕਾਲ ਵਿੱਚ ਨਹੀਂ। ਬਹੁਤ ਸਾਰੇ ਸਥੂਲ ਦ੍ਰਿਸ਼ਟਾਂਤ ਨੇ ਆਪਾਂ ਆਪਸ ਵਿੱਚ ਸਮਝਣ ਵਾਸਤੇ। ਰਜ ਰੱਸੀ ਪਈ ਹੈ, ਜਿਹਨੇ ਪਹਿਲਾਂ ਰੱਸੀ ਦੇਖੀ ਹੈ ਨਾ ਉਹਨੂੰ ਨਾ ਸੱਪ ਦੱਸੋ, ਜਿਹਨੇ ਰੱਸੀ ਨਹੀਂ ਦੇਖੀ ਉਹਨੂੰ ਕਹੇ ਸੱਪ ਡਾਂਗ ਚੱਕੀ ਫਿਰੂਗਾ। ਜਿਹਨੇ ਰੱਸੀ ਦਾ ਗਿਆਨ ਹੈ ਉਹਨੇ ਤਾਂ ਡਾਂਗ ਨਹੀਂ ਚੱਕਣੀ। ਇੱਕ ਖੜਾ ਹੈ ਉਹਨੂੰ ਰੱਸੇ ਸੱਪ ਦੀਨਾ ਨਹੀਂ, ਇੱਕ ਨੂੰ ਸੱਪ ਦੀਨਾ ਹੈ। ਕਾਰਨ ਕੀ ਹੈ? ਨਿਗਾਹ ਵੀ ਇੱਕੋ ਜਿਹੀ ਹੈ। ਉਹਨੂੰ ਸੱਪ ਸਮਝੀ ਰੱਸੀ ਦਾ ਗਿਆਨ ਨਹੀਂ ਜਿਹਨੂੰ। ਜਦੋਂ ਰੱਸੀ ਦਾ ਗਿਆਨ ਹੋਊ ਰੱਸ ਸੱਪ ਕਿੱਥੇ ਜਾਊਗਾ? ਮਾਰਤਾ ਉਹ ਜਦੋਂ ਫਿਰ ਉਹ ਜਿਹੜੇ ਹੋਰ ਆਇਆ ਉਹਦੇ ਬਾਅਦ ਫਿਰ ਖੜਾ। ਭਾਵ ਜਿਹਨੂੰ ਰੱਸੀ ਦਾ ਗਿਆਨ ਹੈ ਉਹਨੂੰ ਸੱਪ ਨਹੀਂ ਦੀਂਦਾ, ਜਿਹਨੂੰ ਸੱਪ ਦੀਂਦਾ ਉਹਨੂੰ ਰੱਸੀ ਨਹੀਂ ਦੀਂਦੀ, ਜਿਹਨੂੰ ਸੰਸਾਰ ਦੀਂਦਾ ਉਹਨੂੰ ਰੱਬ ਨਹੀਂ ਦੀਂਦਾ, ਜਿਹਨੂੰ ਰੱਬ ਦੀਂਦਾ ਖਾਲਸਾ ਜੀ ਉਹਨੂੰ ਆ ਸੰਸਾਰ ਨਹੀਂ ਦੀਂਦਾ। ਬ੍ਰਹਮਦੀਪ ਸਾਹਿਬ ਬ੍ਰਹਮ ਸੁਣੀਆ ਏਕ ਏਕ ਆਤਮ ਸਾਰਾ ਕਰਨ ਹਾਰਾ ਇਸ ਬਿਨਾਂ ਨਹੀਂ ਜਾਣੀ ਹੈ, ਇਹ ਗੁਰਬਾਣੀ ਹੈ ਖਾਲਸਾ ਜੀ। ਜਿੰਨੇ ਸਾਡੇ ਸਰੀਰ ਦੇ ਰੋਮ ਨੇ ਨਾ ਵਿਦਵਾਨਾਂ ਨੇ 16 ਗੀਤ ਮੰਨੇ ਨੇ, ਜੇ ਰੋਮ ਰੋਮ ਜਿਹੜਾ ਵਧਣਾ ਬੰਦਾ ਉਹਦੇ ਸੰਘਣੇ ਹੁੰਦੇ, ਸੱਜੇ ਹੁੰਦੇ। ਇੰਨੇ ਜਨਮ ਧਾਰ ਲਈਏ ਨਾ ਇਸ ਧਰਮ ਵਿੱਚ ਝਾੜੂ ਨਹੀਂ ਜਾਈਏ, ਹੋਵੇ ਤਿਆਗ ਕੇ ਫੇਰ ਵੀ ਸਤਸੰਗਤ ਜੀ ਗੁਰੂ ਦਾ ਦੇਣ ਨਹੀਂ ਦਿੱਤਾ ਜਾਂਦਾ ਕੁਛ, ਅਸੀਂ ਜੀ ਸਿੱਖਿਆ ਕਿਤੇ ਨਹੀਂ ਮਿਲੇਗੀ। ਤੁਹਾਰਾ ਕਿਰਪਾ ਕਰੇ ਸਾਰੀ ਸੇਤੀ ਦਾ ਭੇਤ ਲੈਣ ਨੂੰ ਸਾਰੀ ਦੁਨੀਆਂ ਫਿਰਦੀ ਹੈ, ਲੇਕਿਨ ਜਿਵੇਂ ਸਤਸੰਗਤ ਜੀ ਰੱਸੀ ਦਾ ਉਹ ਸੱਪ ਰੱਸੀ ਦੇ ਆਸਰੇ ਹੈ, ਰੱਸੀ ਸੱਪ ਦੇ ਆਸਰੇ ਆ ਸੰਸਾਰ ਵਾਹਿਗੁਰੂ ਦੇ ਆਸਰੇ ਹੈ, ਸੰਸਾਰ ਦੇ ਆਸਰੇ ਵਾਹਿਗੁਰੂ ਨਹੀਂ ਹੈ। ਜਿਵੇਂ ਰੱਸੀ ਦੇ ਗਿਆਨ ਵਾਲੇ ਨੂੰ ਸੱਪ ਨਹੀਂ ਦਿਸਦਾ, ਐ ਰੱਬ ਨੂੰ ਜਿੱਦਾਂ ਜਿਹਨੂੰ ਗਿਆਨ ਹੋ ਜਾਏ ਨਾ ਗੁਰਮੁਖ ਨੂੰ ਉਹਨੂੰ ਸਾਥੋਂ ਜੀ ਸੰਸਾਰ ਨਹੀਂ ਦਿੰਦਾ। ਇਹ ਕਹਿੰਦੇ ਸੰਸਾਰ ਗਿਆ ਕਿੱਥੇ? ਉਹਨੂੰ ਪੁੱਛੋ ਸੱਪ ਕਿੱਥੇ ਗਿਆ? ਇਹ ਵਿਛਿਆ ਵਸਤੂ ਖਾਲਸਾ ਜੀ, ਐਸੀ ਸਿੱਖਿਆ ਗੁਰਮੁਖ ਦੇ ਅਨੁਕੂਲ ਸਤਸੰਗਤ ਜੀ ਗੁਰੂ ਨਾਨਕ ਦੇਵ ਬਹਾਂ ਤੋਂ ਬਿਨਾਂ ਕਿਸੇ ਨੇ ਨਹੀਂ ਦੇਣੀ। ਉਹ ਆਪਣੀ ਸਤਸੰਗ ਜੀ 18 ਵਾਰੀ ਗੰਗਾ ਤੇ ਯਾਤਰਾ ਕੀਤੀ। ਗੁਰੂ ਅਮਰਦਾਸ ਜੀ ਨੇ ਜਿਸ ਵੇਲੇ ਗੁਰੂ ਸਰੂਪ ਧਾਰਿਆ ਉਸ ਵੇਲੇ ਵੀ ਯਾਤਰਾ ਨੂੰ ਗਏ, ਜਿਸ ਵੇਲੇ ਗਏ ਹਰਿਦੁਆਰ ਸਤਸੰਗ ਕਣ ਖਲ ਸਥਾਨ ਤੇ ਗੁਰੂ ਅਮਰਦਾਸ ਜੀ ਦਾ ਸਥਾਨ ਹੈ। ਪ੍ਰੇਮੀਆਂ ਨੇ 3 ਪਿੰਡ ਜਗੀਰ ਦੇ ਬਖਸ਼ ਉੱਥੇ ਸਤਸੰਗ ਲਈ ਭੇਟਾ ਕੀਤੇ, ਸਾਰੇ ਪਿੰਡ ਤਾਲੇ ਦਾਲੇ ਹੋ ਗਏ। ਕਹਿੰਦੇ ਮਹਾਰਾਜ ਆ ਜਿਹੜੀ ਬਾਣੀ ਉਚਾਰਦੇ ਹੋ ਤੁਸੀਂ ਇਹ ਵੇਦਾਂ ਦੇ ਅਨੁਸਾਰ ਹੈ ਕਿ ਵੇਦਾਂ ਤੋਂ ਉਲਟ ਹੈ? ਉਹਨਾਂ ਨੇ ਜੇ ਕਹਿੰਦੇ ਉਲਟ ਹੈ ਤਾਂ ਤੁਹਾਡੇ ਨਾਸਤਿਕਤਾ ਲੋਕ ਅੱਗੇ ਹੀ ਨੇ, ਤੁਸੀਂ ਕਿਉਂ ਲੋਕਾਂ ਨੂੰ ਪੁੱਠਾ ਵਜਾਈਂਦੇ ਨੇ? ਜੇ ਕਹਿਣਗੇ ਅਨੁਸਾਰ ਹੈ ਤਾਂ ਫਿਰ ਕਹਾਂਗੇ ਜੀ ਪੰਜਾਬ ਵੇਦਾਂ ਦੀ ਬਾਣੀ ਹੈਗੀ ਉਹੀ ਪ੍ਰਚਾਰ ਕਰੋ, ਨਵੀਂ ਕਿਉਂ ਉਚਾਰਦੇ ਹੋ? ਇਹ ਪੰਡਤਾਂ ਦੇ ਮਨ ਵਿੱਚ ਸਤਸੰਗਤ ਜੀ ਸਵਾਲ ਸੀ। ਜਦੋਂ ਗੁਰੂ ਅਮਰਦਾਸ ਜੀ ਨੇ ਬੇਨਤੀ ਕੀਤੀ ਮਹਾਰਾਜ ਕਹਿੰਦੇ ਹੇ ਪੰਡਿਤ ਜੈਸੇ ਧਰਤੀ ਮੰਦੇ ਪਾਣੀ ਹੈ ਤੇ ਬਦਲਦੀ ਵਰਖਾ ਦੀ ਕੀ ਲੋੜ ਹੈ? ਉਹ ਕਿਉਂ ਹੁੰਦਾ? ਧਰਤੀ ਪਾਣੀ ਤਾਂ ਹੈ। ਹੇ ਪੰਡਿਤ ਜਿਹੜੀ ਵੇਦਾਂ ਦੀ ਸਿੱਖਿਆ ਉਹ ਖੂਹ ਚੋਂ ਪਾਣੀ ਕੱਢਣ ਵਾਂਗੂ ਕੰਮ ਕਰਦੇ ਤਾਂ ਗੋਬਿੰਦ ਰੂਪ ਮਹਾਰਾਜ ਬਦਲ ਵਾਂਗੂ ਵਰਖਾ ਜਿਹੜੀ ਬਦਲ ਦੀ ਵਰਖਾ ਹੈ ਉਹ ਉੱਚੀਆਂ ਥਾਵਾਂ ਨੂੰ ਵੀ ਸੁਰਜੀਤ ਕਰਦੀ ਹੈ। ਧਰਤੀ ਵਾਲਾ ਪਾਣੀ ਕੌਣ ਚੜਾਊਗਾ ਡੱਬੇ ਦੇ ਉੱਤੇ ਖਰਚਦਾ ਜੀ? ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਭਾਈ ਗੁਰੂ ਬਦਲ ਰੂਪ ਹੈ, ਸਾਰਿਆਂ ਜਿਹੜੇ ਨਾਸਤਕ ਲੋਕ ਨੇ ਖੁਸ਼ਕ ਹਿਰਦੇ ਉਹਨਾਂ ਨੂੰ ਵੀ ਸਰਸਬਜ਼ ਕਰ ਦਿੰਦੀ ਹੈ ਗੁਰਬਾਣੀ, ਔਰ ਜਿਹੜੇ ਸ਼ਰਧਾ ਤੇ ਸਹਿਤ ਨਿਰਮਲਤਾ ਵਾਲੇ ਨੇ ਉਹਨਾਂ ਨੂੰ ਵੀ ਸਰਸਬਜ਼ ਆਨੰਦ ਦਿੰਦੀ ਹੈ। ਐਸੀ ਅਮਰਤਮਈ ਬਾਣੀ ਸੱਚੇ ਪਾਤਸ਼ਾਹ ਨੇ ਵਰਖਾ ਕੀਤੀ ਹੈ ਮਾਤ ਲੋਕ ਦੇ ਅੰਦਰ ਕਦੋਂ ਬੰਦੀ ਹੈ ਜੀ।
ਇਉ ਗੁਰ ਮੁਖਿਆ ਗੁਜਵਾਰੀ ਹੈ। ਸਭ ਨਾਨਕ ਸ੍ਰੇਸ਼ਟ ਘਰ ਦੇ ਇਹ ਜੁਗਤੀ ਦੇ ਨਾਲ ਗੁਰਮੁਖ ਆਪਣੇ ਆਪ ਨੂੰ ਅੰਤਾਂ ਨੂੰ ਨਿਮਿਤ ਕਰਕੇ ਆ ਸੇਤੀ ਦਾ ਭੇਤ ਲੈ ਕੇ ਨਾ ਜਿਹਨੂੰ ਰਸੀ ਦਾ ਭੇਤ ਹੋ ਜਾਏ ਉਹਨੂੰ ਪਤਾ ਲੱਗ ਜਾਂਦਾ ਸਭ ਦਾ ਝੂਠਾ ਹੀ ਸੀ। ਜਿਹਨੂੰ ਅਕਾਲ ਪੁਰਖ ਦਾ ਭੇਤ ਲੱਗ ਜਾਏ ਗੁਰਮੁਖ ਨੂੰ ਉਹ ਆ ਸੰਸਾਰ ਨੂੰ ਦੁਖੀ ਨਹੀਂ ਹੈ ਕਹਿੰਦੇ ਤਾਂ ਝੂਠਾ ਹੀ ਹੈ। ਸੰਤ ਦੇਹ ਨਾਲ ਸੰਤ ਸੁਧਾਇਆ ਹੈ ਦੇਹ ਦੇ ਨਾਲ ਕੋਈ ਵਸਤੂ ਨਾਲ ਜਾਣ ਵਾਲੀ ਨਹੀਂ ਹੈ। ਸਭ ਰਾਜ ਸ੍ਰੇਸ਼ਟ ਕਰ ਰਹੇ ਐਸਾ ਸਭ ਚੰਗੀ ਭੇਤ ਲੈ ਕੇ ਫਿਰ ਸਭ ਤੋਂ ਵੱਡਾ ਪਾਤਸ਼ਾਹ ਹੈ। ਅੱਜ ਵੀ ਪਹਿਲਾਂ ਆਪਣੀ ਰਚਨਾ ਤੇ ਦੇਖੋ ਕੀ ਬੋਲਦੇ ਹੋ ਇੱਥੇ ਆ ਕੇ। ਜਦ ਆਪਾਂ ਆਉਂਦੇ ਹਾਂ ਜੇ ਨਿਰਸਿਮ ਸੰਪਰਦਾ ਜਾਈਏ ਆਪਾਂ ਪਤਾ ਹੈ ਆਓ ਪਾਤਸ਼ਾਹ ਆਓ ਫੌਜਾਂ ਤਿਆਰ ਕਰ ਤਿਆਰ ਨੇ ਮਿਲ ਗਈ ਨਾ ਪਾਤਸ਼ਾਹੀ ਘਰ ਨੀ ਤੁਹਾਨੂੰ ਕਿਸੇ ਨੇ ਪਾਤਸ਼ਾਹ ਕਹਿਣਾ ਇੱਥੇ ਜਦੋਂ ਗੁਰੂ ਕਰ ਸਿੰਘਾਂ ਦਾ ਆਓ ਪਾਤਸ਼ਾਹ ਫੌਜਾਂ ਤਿਆਰ ਕਰ ਤਿਆਰ ਜੇ ਸਾਧੂਆਂ ਚ ਜਾਈਏ ਆਓ ਮਹਾਰਾਜ ਜੀ ਬੜੀ ਕਿਰਪਾ ਕੀਤੀ ਦਰਸ਼ਨ ਦਿੱਤੇ ਮਹਾਰਾਜ ਵੀ ਪਾਤਸ਼ਾਹ ਦਾ ਨਾਮ ਇੱਥੇ ਆਪਾਂ ਨੂੰ ਆਉਣ ਸਾਰ ਹੀ ਪਾਤਸ਼ਾਹੀ ਮਿਲ ਜਾਂਦੀ ਹੈ ਸਾਡਾ ਜੀ ਹਰੇ ਧਾਰੀ ਭਾਵੇਂ ਹੋਈਏ ਚਾਹੇ ਨਾ ਇਹ ਪ੍ਰਤਾਪ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਭਾਈ ਇਹ ਗੁਰਮੁਖਾਂ ਨੇ ਬੁਝਿਆ ਮਨਮਤੀਆਂ ਨੇ ਬੁਝਿਆ ਮਨਮਤੀਆਂ ਨੇ ਕਹਿੰਦੇ ਕਿੱਥੇ ਪਾਏ ਟੰਗੇ ਗਏ ਨਿਬੜੇ ਦੇਗ ਮੇਰੇ ਤੱਕ ਹਾਂ ਚੱਲੀਏ ਨਾਨਕ ਗੁਰਮੁਖ ਬੁਝੀ ਹੈ ਇਹ ਗੁਰਮੁਖਾਂ ਨੇ ਖਰਚਾ ਜੀ ਇਹ ਉਪਦੇਸ਼ ਨੂੰ ਬੁਝਿਆ ਸਮਝਿਆ ਹੈ ਜਾ ਆਪੇ ਨਜ਼ਰ ਕਰੀ ਹਾਂ ਕਿਵੇਂ ਬੁਝਿਆ ਜਾਂਦਾ ਖਰਚਾ ਜੀ ਮੁਖੀ ਗੁਰਾਂ ਦੁਆਰਾ ਬੁਝਿਆ ਜਾਂਦਾ ਸਾਡੇ ਕਹਿੰਦੇ ਆ ਗੁਰਬਾਣੀ ਦੇ ਭਾਈ ਅਰਥ ਬਿਆਨ ਚ ਹਨ ਗੁਰਮੁਖ ਦਾ ਅਰਥ ਇਹ ਮੁਖੀ ਗੁਰਾਂ ਦੁਆਰਾ ਬੁਝਿਆ ਸਿੱਖਿਆ ਨੂੰ ਕੀ ਆਪੇ ਨਜ਼ਰ ਕਰੇ ਆਪ ਹੀ ਕਿਰਪਾ ਦਿੱਤੀ ਕਰਨ ਵਾਲਾ ਉਹ ਪੱਥਰਾਂ ਨੂੰ ਵੀ ਢਾਲ ਦਿੰਦਾ ਪਰਮੇਸ਼ਰ ਕਰਤਾ ਜੀ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਉਹਦੀ ਸੱਚ ਦੀ ਕਿਰਪਾ ਦੇਖੀ ਕਿ ਮਹਾਰਾਜ ਸਾਡੇ ਤੇ ਕਿਰਪਾ ਕਰੋ ਇਹ ਪ੍ਰਾਪਤ ਕਰਨ ਵਾਸਤੇ ਆਪਾਂ ਜੁੜੇ ਹਾਂ ਉਹਨਾਂ ਚ ਨਾ ਸੱਚ ਨੀ ਮਾਫ਼ ਕਰਨੀ ਆ ਇੱਥੇ ਵਿਸਰਾਮ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਸਿੰਘ ਗੋਪਾਲ ਜੀ ਦਿਆਲੂ ਲਾਲ ਪ੍ਰਾਣ ਦਾਤ ਨਾਥ ਸਕੇ ਦੀਨ ਦਰਦ ਜਵਾ ਹੇ ਸਮਰੱਥ ਭਗਮ ਹੋਰ ਮੋਰੇ ਮਾਇਆ ਧਾਰ ਅੰਧ ਗੋਪ ਮਾਪਿਆ ਨਾਨਕ ਪਾਰ ਉਤਾਰ ਅਟੁੱਟ ਹੇ ਪਾਰ ਬ੍ਰਹਮ ਅਵਨਾਸ਼ੀ ਅਗਦਾਸ ਹੇ ਪੂਰਨ ਹੇ ਸਰਬ ਮੈ ਭੰਜਨ ਗੁਣ ਦਾਸ ਹੇ ਅੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੋਨਿਦਾਨ ਜਾ ਕੇ ਸਦਾ ਵੇਖ ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਰਦਾਰਾ ਹੇ ਠਾਕੁਰ ਹਉ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾ ਹੋਈਐ ਪਰੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਰਦ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ ਜੋ ਸ਼ਬਦਾ ਕਰ ਸੇਵਦੇ ਗੁਰ ਪਾਰ ਉਤਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਜੀ ਰਾਮ ਕਲਿਆਣ ਜੀ ਜਾਨੰਦ ਕੋ ਓਮਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਰਾਗਰ ਤਨ ਪਰਵਾਰ ਤਰਿਆ ਸ਼ਬਦ ਗਾਵਣ ਸ਼ਬਦੋ ਤੰਗਾਵੋ ਹਰੀ ਕੇਰਾ ਮਨ ਜਨੀ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ
मन मेरिया तू सदा रहो हर नाल रहो तू मन मेरे दुख सब अंगीकार करे तेरा कारज सब सब नंगल समरथ स्वामी सो क्यों मनो कहे नानक मन मेरे सदा रहो साचे साहेबा क्या नहीं कर करता तेरे सब किश है जिस देह स्वभाव